ਆਹ ਦੇਖੋ ਆਹ ਆਹ ਤਸਵੀਰਾਂ ਕਹਿੰਦੇ ਮਲਬੇ ਚੋਂ ਕੱਢੀਆਂ ਦੇਖ ਲਓ ਹਨਾ ਦਰਬਾਰ ਸਾਹਿਬ ਦੀ ਤਸਵੀਰ ਆ ਮੈਂ ਬਹੁਤੀ ਗੱਲ ਤਾਂ ਕਰਨੀ ਨਹੀਂ ਚਾਹੁੰਦਾ ਤਾਂ ਹੁਣ ਮੈਂ ਦਿਹਾੜੀ ਕਰਕੇ ਆਇਆ ਹਾਂ ਅੱਛਾ ਤਾਂ ਹੀ ਬਾਪੂ ਕੱਪੜੇ ਲਿਬੜੇ ਹੋ ਸਾਨੂੰ ਪੰਜਾਬ ਵਾਲੇ ਵੀ ਤੰਗ ਕਰਨ ਫਿਰ ਅਸੀਂ ਕਿੱਧਰ ਜਾ ਸਕਦੇ ਦੱਸੋ ਨਾ ਅਸੀਂ ਪਾਕਿਸਤਾਨ ਜੋਗੇ ਨਾ ਇੱਥੋਂ ਜੋਗੇ ਅਸੀਂ ਆਸ ਇਹਨਾਂ ਦੇ ਭਰਾਵਾਂ ਦੀ ਬਹੁਤ ਵੱਡੀ ਆਪਣੇ ਆਪ ਤੇ ਮਤਲਬ ਸਮਝਦੇ ਆ ਵੀ ਜਿੰਨਾ ਨੇ ਸਾਡੀ ਮਦਦ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਖਿਡਾਰੀ ਉਹ ਮਾਰ ਦਿੱਤਾ ਗਾਉਣ ਵਾਲਾ ਮਾਰ ਦਿੱਤਾ ਦੀਪਕ ਉਹ ਮਾਰ ਦਿੱਤਾ ਤਿੰਨ ਚਾਰ ਬੰਦੇ ਇਹਨਾਂ ਨੇ ਜਿਹੜੇ ਗੱਲ ਕਰਦੇ ਉਹਨਾਂ ਨੂੰ ਚੁੱਕ ਦਿੰਦੇ ਹੈ ਮਾੜਾ ਸੁੱਤਾ ਘਰ ਜਾ ਕੇ ਟੋੜਨਾ ਸੁੱਤਾ ਵਾ ਜੇ ਚੰਗਾ ਨਾ ਤਾਂ ਉਹਦੀ ਪਹਿਲੀ ਜਨਾਨੀ ਕਾਹਨੂੰ ਛੱਡ ਕੇ ਦੌੜਦੀ ਹੈ ਹੁਣ ਇਹਨੇ ਵਿਆਹ ਕਰਾ ਕੇ ਤਾਂ ਟੋੜਨਾ ਉਹਨੂੰ ਲੈ ਕੇ ਤਾਂ ਇੱਥੇ ਘਰ ਸੌ ਰਹਿੰਦਾ ਟੋੜਨਾ ਉਹਨੂੰ ਨਹੀਂ ਪਤਾ ਵੀ ਜਨਤਾ ਮੈਂ ਕਿੰਨੀ ਤੰਗ ਕੀਤੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਮੈਂ ਆਪਣੇ ਸਿਮਰਨ ਬਾਈ ਕੋ ਆਇਆ ਸੀ ਜਲੰਧਰ ਅਤੇ ਆਪਾਂ ਕੋਲ ਟਾਈਮ ਸੀਗਾ ਅਤੇ ਕਿੰਨੇ ਚਿਰ ਦਾ ਦਿਲ 'ਚ ਵੀ ਸੀਗਾ ਵੀ ਯਾਰ ਜਿਹੜਾ ਲਤੀਫਪੁਰੇ ਦੇ ਲੋਕ ਜਿਹੜੇ ਬੇਘਰ ਹੋਏ ਆ ਹੈ ਨਾ ਵੀ ਉੱਥੇ ਜਾ ਕੇ ਆਵਾਂਗੇ ਅਤੇ ਜਦੋਂ ਮੈਂ ਆ ਕੇ ਦੇਖਿਆ ਉਹ ਉੱਥੋਂ ਪਿੱਛਿਓਂ ਸ਼ੁਰੂ ਹੋ ਕੇ ਇੱਧਰ ਧੁਰ ਤੱਕ ਆ ਦੇਖੋ ਪਿੱਛੇ ਸਾਰਾ ਮਲਬਾ ਹੀ ਮਲਬਾ ਹੈ ਨਾ ਇਹ ਸਾਰੇ ਘਰ ਦੇ ਘਰ ਸੀਗੇ 80 ਦੇ ਕਰੀਬ ਘਰ ਸੀਗੇ ਦੇਖ ਲਓ 80 ਦੇ ਕਰੀਬ ਸਾਰੇ ਦੇ ਸਾਰੇ ਘਰ ਉਜਾੜਤੇ ਜਿਹੜੇ ਬਜ਼ੁਰਗ ਆ ਜਿਹੜੇ ਨਿਆਣੇ ਆ ਉਹ ਠੰਡ ਦੇ ਵਿੱਚ ਹੁਣ ਤਾਂ ਤੰਬੂਆਂ 'ਚ ਰਹਿੰਦੇ ਆ ਖਾਸ ਸਾਈਡ ਨੇ ਤੰਬੂ ਲਾ ਕੇ ਦਿੱਤੇ ਆ ਇਹਨਾਂ ਨੂੰ ਹੈ ਨਾ ਤੰਬੂਆਂ ਦੇ ਵਿੱਚ ਵੀ ਤੁਹਾਨੂੰ ਪਤਾ ਆਪਾਂ ਘਰਾਂ 'ਚ ਬੈਠੇ ਹਾਂ ਅਤੇ ਘਰਾਂ ਦੇ ਵਿੱਚ ਵੀ ਆਪਾਂ ਹੀਟਰ ਲਾਉਂਦੇ ਹਾਂ ਹੈ ਨਾ ਵੀ ਠੰਡ ਨਾ ਲੱਗੇ ਹੈ ਨਾ ਬਜ਼ੁਰਗਾਂ ਨੂੰ ਜਿੱਦਾਂ ਹੈ ਨਾ ਮੈਂ ਵੀ ਘਰ ਨੂੰ ਹੀਟਰ ਲੈ ਗਿਆ ਮੈਂ ਬੇਬੇ ਨੂੰ ਪੁੱਛਿਆ ਮੈਂ ਮਾਤਾ ਠੰਡ ਤਾਂ ਲੱਗਦੀ ਕਹਿੰਦੀ ਨਹੀਂ ਮੈਂ ਫਿਰ ਵੀ ਹੀਟਰ ਲੈ ਗਿਆ ਅਤੇ ਦੂਜੀ ਹਿਸਾਬ ਲਾ ਲਓ ਵੀ ਠੰਡ ਦੇ ਵਿੱਚ ਜਿਹੜੇ ਇਹ ਬੈਠੇ ਆ ਇਹਨਾਂ ਦਾ ਕਿੱਦਾਂ ਗੁਜ਼ਾਰਾ ਹੁੰਦਾ ਹੋਊਗਾ ਸਰਕਾਰ ਨੇ ਕਿਹਾ ਕਿ ਆਪਾਂ ਇਹਨਾਂ ਦਾ ਹੱਲ ਕਰਾਂਗੇ ਇਹਨਾਂ ਨੂੰ ਘਰ ਬਣਾ ਕੇ ਦੇਵਾਂਗੇ ਪਰ ਇਹਨਾਂ ਨੂੰ ਹਾਲੇ ਤੱਕ ਕੋਈ ਪੱਕਾ ਯਕੀਨ ਨਹੀਂ ਕਰਵਾਇਆ ਗਿਆ ਕਿ ਤੁਹਾਨੂੰ ਨਵੇਂ ਘਰ ਬਣਾ ਕੇ ਦਿੱਤੇ ਜਾਊਗੇ ਹੈ ਨਾ ਅਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਆ ਜਾਓ ਕਿਸੇ ਦੇ ਨਾਲ ਅਤੇ ਬਜ਼ੁਰਗ ਇੱਥੇ ਬੈਠੇ ਆ ਬਜ਼ੁਰਗਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਦੇਖੋ ਕਿੱਦਾਂ ਹੱਡ ਚੀਰ ਵੀ ਠੰਡ ਦੇ ਵਿੱਚ ਵੀ ਹੈ ਨਾ ਬਾਪੂ ਜੀ ਹੋਰੀ ਉਹਦਾ ਮਹੀਨਾ ਚੱਲ ਰਿਹਾ ਹੈ ਨਾ ਉਹ ਮਾਘ ਚ ਤਾਂ ਬਾਈ ਬਹੁਤ ਜ਼ਿਆਦਾ ਹੈ ਨਾ ਘਰਾਂ ਚੋਂ ਨੀ ਲੋਕੀ ਬਾਹਰ ਨਿਕਲਦੇ ਚਾਰ ਕੁ ਦਿਨ ਪਹਿਲਾਂ ਮੈਂ ਵੈਦਰ ਚੈੱਕ ਕਰਦਾ ਹੁੰਦਾ ਇੱਕ ਪੇਜ ਆ ਫੇਸਬੁੱਕ 'ਤੇ ਮੈਂ ਉੱਥੇ ਵੈਦਰ ਚੈੱਕ ਕੀਤਾ ਸੀ ਤਾਂ ਜਿਹੜਾ ਨਵਾਂਸ਼ਹਿਰ ਜ਼ਿਲ੍ਹਾ ਮਤਲਬ -4 ਦੇ ਵਿੱਚ ਸੀਗਾ ਮਤਲਬ ਸਭ ਤੋਂ ਠੰਡਾ ਜ਼ਿਲ੍ਹਾ ਸੀ ਨਵਾਂਸ਼ਹਿਰ ਅਤੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਵੀ ਤੰਬੂਆਂ ਦੇ ਵਿੱਚ ਚਲੋ ਆਹ ਤਾਂ ਬਜ਼ੁਰਗਾਂ ਨੇ ਅੱਗ ਲਾਈ ਅੱਗ ਸੇਕਦੇ ਪਏ ਆ ਅਤੇ ਬਾਪੂ ਨਾਲ ਕਰਾਉਣੇ ਗੱਲ ਬੜਿਆ ਲਿਆ ਨੇੜੇ ਲਿਆ ਬੜਿਆ ਮੇਰੇ ਕੋਲ ਫੜਾ ਦੇ ਲਿਆਓ ਬਿਲਕੁਲ ਬਾਪੂ ਜੀ ਹੋਰੀ ਨੇ ਬਾਪੂ ਜੀ ਕੱਲ੍ਹ ਨੂੰ ਮਤਲਬ 1 ਮਹੀਨਾ ਹੋ ਜਾਣਾ ਹੈ ਨਾ ਤੁਹਾਨੂੰ ਕੱਲ੍ਹ ਨੂੰ 1 ਮਹੀਨਾ ਪੂਰਾ ਹੋ ਗਿਆ ਤੇ ਬਾਪੂ ਸਭ ਤੋਂ ਪਹਿਲਾਂ ਤਾਂ ਮੈਂ ਤੇਰੇ ਕੱਪੜੇ ਹੀ ਦੇਖਾਂ ਕੱਪੜੇ ਬਹੁਤ ਗੰਦੇ ਹੋਏ ਆ ਨਾ ਬੜਾ ਔਖਾ ਹੋਣਾ ਕਿਤੇ ਘਰ ਸੀ ਬੰਦਾ ਕੱਪੜੇ ਧੋ ਲੈਂਦਾ ਹੈ ਨਾ ਕੁਛ ਨਾ ਪੁੱਛੋ ਬਹੁਤ ਮੁਸ਼ਕਲ ਆ ਅੱਛਾ ਘਰ ਟੁੱਟ ਗਏ ਨਾ ਸਾਡੇ ਆਮ ਪਾਰਟੀ ਤਿਆਰ ਲਿਆਂਦੀ ਆ ਹਾਂ ਤੇ ਵੋਟਾਂ ਪਾ ਕੇ ਤੇ ਚਲੋ ਸਾਡਾ ਕੋਈ ਆਮ ਪਾਰਟੀ ਸੁੱਖੇ ਸੋਚੇਗੀ ਇਹਨਾਂ ਸਾਰੀਆਂ ਸਰਕਾਰਾਂ ਤੋਂ ਕੰਮ ਸਾਨੂੰ ਨਿਖਿਤ ਕਰਕੇ ਵਿਖਾ ਸਹੀ ਹੈ ਬਾਪੂ ਕਿੰਨਾ ਚਿਰ ਹੋ ਗਿਆ ਸੀ ਇੱਥੇ ਆਇਆ ਨੂੰ ਮੈਂ ਸੁਣਿਆ ਸੀ ਕਹਿੰਦੇ ਪਾਕਿਸਤਾਨ ਵੇਲੇ ਦੇ ਇੱਥੇ ਆ ਕੇ ਬੈਠੇ ਬੱਚ ਕਈ ਘਰ ਜਿਹੜਾ ਬਜ਼ੁਰਗ ਹੀ ਨਾ ਸਾਡਾ ਡੈਡੀ ਉਹ ਆਏ ਉੱਤਰ ਕੇ ਅੱਛਾ ਮੇਰਾ ਇੱਥੋਂ ਦਾ ਜਨਮ ਆ ਅੱਛਾ ਤੁਹਾਡਾ ਜਨਮ ਇੱਥੇ ਇਸੇ ਘਰ 'ਚ ਹੋਇਆ ਠੀਕ ਆ ਜੀ ਠੀਕ ਆ ਸਾਨੂੰ 70-75 ਸਾਲ ਤੋਂ ਵੀ ਉੱਪਰ ਜਾ ਰਹੇ ਆ 75 ਸਾਲ ਤੋਂ ਵੀ ਉੱਪਰ ਹੋ ਗਿਆ ਚਲੋ ਸਾਡੇ ਆ ਇਹ ਤਾਂ ਅਸੀਂ ਪੜ੍ਹੇ ਘੱਟ ਆ ਉਦੋਂ ਫਸਲ ਘੱਟ ਹੁੰਦੇ ਸੀ ਅਤੇ ਮੁਸ਼ਕਿਲ ਰੋਟੀ ਦਾ ਗੁਜ਼ਾਰਾ ਚੱਲਦਾ ਜੀ ਅੱਛਾ ਜੀ ਅਤੇ ਚਲੋ ਉਦੋਂ ਅਸੀਂ ਪੜ੍ਹੇ ਨਹੀਂ ਪੜ੍ਹ ਬੰਦੇ ਨੂੰ ਨੌਕਰੀ ਕਿੱਥੇ ਮਿਲਦੀ ਆ ਹੁਣ ਅੱਛਾ ਜੀ ਬਹੁਤ ਮੁਸ਼ਕਿਲ ਆ ਠੀਕ ਆ ਦੋ ਡੰਗਾ ਰੱਖੇ ਜੀ ਆਹ ਬਾਦਲ ਸਰਕਾਰ ਆਈ ਹੁਣ ਡੈਰੀਆਂ ਚੁੱਕ ਕੇ ਤਾਂ ਬਾਹਰ ਕੱਢ ਦਿੱਤੀਆਂ ਅੱਛਾ ਤਾਂ ਅੱਗੇ ਤੁਹਾਡੀਆਂ ਡੈਰੀਆਂ ਇੱਥੇ ਹੁੰਦੀਆਂ ਸੀ ਇਹ ਇਲਾਕੇ ਇੱਥੇ ਹੁੰਦੀਆਂ ਮੱਝਾਂ ਦੀਆਂ ਠੀਕ ਆ ਦੋ ਤਿੰਨ ਮੱਝਾਂ ਰੱਖੀਆਂ ਹਾਂ ਅੱਛਾ ਜੀ ਉਹ ਵੇਚ ਕੇ ਤਾਂ ਚੱਲ ਕੋਈ ਆਪਣੇ ਰੋਟੀ ਦਾ ਪ੍ਰਬੰਧ ਕਰਦਾ ਹੈ ਹੁਣ ਮੈਂ ਬਹੁਤੀ ਗੱਲ ਤਾਂ ਕਰਨੀ ਨਹੀਂ ਚਾਹੁੰਦਾ ਤਾਂ ਹੁਣ ਮੈਂ ਦਿਹਾੜੀ ਕਰਕੇ ਆਇਆ ਹਾਂ
ਅੱਛਾ ਤਾਂ ਹੀ ਬਾਪੂ ਕੱਪੜੇ ਲਿਬੜੇ ਵਾ ਤਾਂ ਹੀ ਲਿਬੜੇ ਆ ਇੱਥੇ ਰੋਟੀ ਆ ਗਵਰਨਮੈਂਟ ਅੱਛਾ ਨੂੰ ਖਾ ਲੈਂਦੇ ਨੇ ਸਾਨੂੰ ਸਾਨੂੰ ਕਿਤੇ ਧੱਕਾ ਦੇਣ ਤਾਂ ਅਸੀਂ ਰੋਟੀਆਂ ਨਾ ਭੁੱਖੇ ਮਰਦੀ ਜਾਂ ਮੇਰੀ ਉਮਰ ਆ ਹੁਣ ਕਮਾਉਣੇ ਵਾਲੀ ਨਹੀਂ ਹੁਣ ਤਾਂ ਬਾਪੂ ਦਿਹਾੜੀ ਲਾਉਣੀ ਬਹੁਤ ਔਖੀ ਆ ਭਗਵੰਤ ਮਾਨ ਨੂੰ ਤਾਂ ਹੁਣ 20-22 ਦਿਨ ਹੋ ਗਿਆ ਕਹਿ ਇਹਨੂੰ ਕੋਈ ਘਰ ਬਣਾ ਕੇ ਦਿੱਤੇ ਜਾਣਗੇ ਸਰਕਾਰ ਦੇ ਤੁਹਾਨੂੰ ਸਰਕਾਰ ਵੱਲੋਂ ਨੋਟਿਸ ਆਇਆ ਕਿ ਤੁਹਾਨੂੰ ਘਰ ਬਣਾ ਕੇ ਦੇ ਦਊਗੇ ਛੇਤੀ ਜਾਂ ਕਿੰਨੀ ਦੇਰ ਤੱਕ ਬਣਾ ਦਾਂਗੇ ਕੁਛ ਹੈਗਾ ਕੋਈ ਯਕੀਨ ਇਦਾਂ ਦਾ ਐਲਾਨ ਕੀਤਾ ਜੀ ਕਰਤਾਰਪੁਰ ਦੇ ਲਾਗੇ ਆ ਅੱਛਾ ਸਰਕਾਰ ਕਹਿੰਦੀ ਇੱਥੋਂ ਬਾਹਰ ਜਾ ਕੇ ਉਧਰ ਜਾ ਕੇ ਬਣਾ ਦੇਣੀ ਤੁਹਾਨੂੰ 5 ਸਾਲ ਵਾਸਤੇ ਆਹ ਲਿਖ ਕੇ ਨਹੀਂ ਦੇਣਾ ਅੱਛਾ ਪੱਕੇ ਨਹੀਂ ਦੇਣੇ 5 ਸਾਲ ਵਾਸਤੇ ਇੱਕ ਤਰ੍ਹਾਂ ਦਾ 5 ਸਾਲ ਬਾਅਦ ਸਾਨੂੰ ਪੈਸੇ ਦਿਓ ਤੇ ਸਾਨੂੰ ਤੁਸੀਂ ਓਦਾਂ ਹੀ ਰਹੀ ਜਾਓ ਅਸੀਂ ਜਦੋਂ ਮਰਜ਼ੀ ਤੁਹਾਨੂੰ ਉਠਾ ਸਕਦੇ ਹਾਂ ਫਿਰ ਅੱਛਾ ਸੋਸ਼ਲ ਮੀਡੀਆ 'ਤੇ ਤਾਂ ਬੜਾ ਪੋਸਟ ਚੱਲੀ ਭਗਵੰਤ ਮਾਨ ਨੇ ਕਹਿ ਦਿੱਤਾ ਜੀ ਘਰ ਬਣਾ ਕੇ ਦੇਵਾਂਗੇ ਘਰ ਬਣਾ ਕੇ ਦੇਵਾਂਗੇ ਹੈ ਨਾ ਘਰ ਹੈ ਇੱਥੇ ਆਣ ਕੇ ਕਵੇ ਤੇ ਥਾਂ ਹੀ ਆ ਆਹ ਜਿਹੜੀਆਂ ਸਰਕਾਰਾਂ ਨੇ ਢਾਈਆਂ ਨੇ ਆਹ ਜਿਹੜੀਆਂ ਗੱਲਾਂ ਥੱਪ ਕਰ ਦਿੰਦੀਆਂ ਸਹੀ ਗੱਲ ਆ ਬਾਪੂ ਭਗਵੰਤ ਮਾਨ ਤਾਂ ਕਹਿੰਦਾ ਸੀ ਮੇਰੀ ਸਰਕਾਰ ਆਊਗੀ ਕੋਈ ਧਰਨੇ ਨਹੀਂ ਲੱਗੂਗਾ ਦੇਖ ਲਓ ਕਿੱਦਾਂ ਧਰਨੇ ਲੱਗੇ ਜਾਂ ਤੁਸੀਂ ਕਿੱਦਾਂ ਮਜਬੂਰ ਆ ਹੈ ਨਾ ਘਰਾਂ ਤੋਂ ਬਾਹਰ ਰਹਿਣ ਲਈ ਗਾਂ ਇਹੋ ਜਿਹਾ ਬਣਦਾ ਕਿਤੇ ਵੋਟਾਂ ਤੇ ਇੱਕ ਗੁੱਸਾ ਨਾ ਕਰਿਓ ਤੁਸੀਂ ਹਾਂਜੀ ਹਾਂਜੀ ਤੁਸੀਂ ਸਾਡੇ ਮੰਤਰੀ ਸਾਹਿਬ ਬਣੇ ਆ ਤੁਸੀਂ ਗਾਂ ਦਾ ਸੋਚੋ ਸਹੀ ਗੱਲ ਆ ਮੈਂ 10 ਸਾਲ ਤੇ ਕੱਢਾਂ ਸਹੀ ਗੱਲ ਆ ਤੇ ਜੇ ਆਉਂਦੇ ਤੁਸੀਂ ਗਾਂਧੀ ਕੋਲ ਜਾਂਦੇ ਕੌਣ ਤੁਹਾਨੂੰ ਵੋਟਾਂ ਪਾ ਦੇਗਾ ਸਹੀ ਗੱਲ ਆ ਸਹੀ ਗੱਲ ਆ ਬਾਪੂ ਹੈ ਭਾਵੇਂ ਤੂੰ ਇਤਰਾਜ਼ ਹੀ ਕਰੋ ਚੰਗਾ ਕੰਮ ਕਰੇ ਤੇ ਹਰ ਇੱਕ ਬੰਦਾ ਕਹਿੰਦਾ ਯਾਰ ਵੋਟ ਪਾਓ ਯਾਰ ਬਿਲਕੁਲ ਬਿਲਕੁਲ ਜਿਹੜੇ ਬਾਈ ਦੇਖਦੇ ਮੈਂ ਕਹੂੰਗਾ ਇੱਕ ਵਾਰੀ ਯਾਰ ਸ਼ੇਅਰ ਕਰ ਦਿਓ ਆਹ ਦਰਦ ਆ ਜਿੱਦਾਂ ਹਨਾ ਇੱਥੇ ਦੇ ਲੋਕਾਂ ਦਾ ਹੋਰ ਬਾਪੂ ਜੀ ਤੁਸੀਂ ਕਿ ਤੁਹਾਨੂੰ ਵੀ ਇੱਥੇ 70-75 ਸਾਲ ਹੋ ਗਿਆ ਸੀ ਰਹਿੰਦਿਆਂ ਨੂੰ ਅੱਛਾ ਜੀ ਭਰਾ ਹੀ ਆ ਦੋਨੋਂ ਭਰਾ ਹੀ ਆ ਮੇਰਾ ਵੱਡਾ ਠੀਕ ਹੈ ਠੀਕ ਹੈ ਤੇ ਭਾਜੀ ਤੁਸੀਂ ਮੇਰਾ ਨਾਮ ਦਵਿੰਦਰ ਸਿੰਘ ਹੈ 1975 ਮੇਰਾ ਜਨਮ ਤਰੀਕ ਹੈ ਅੱਛਾ ਜੀ ਮੇਰੇ ਫਾਦਰ ਸਾਹਿਬ 1947 ਵਿੱਚ ਇੱਥੇ ਆਏ ਸੀ ਮੇਰੇ ਨਾਨਾ ਜੀ ਅੱਛਾ ਜੀ ਉਹ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਇੱਥੇ ਲੈ ਕੇ ਆਏ ਸਾਡਾ ਉੱਧਰ ਮਤਲਬ ਕਿ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਨਾਲ ਸਾਡਾ ਸੀ ਅੱਛਾ ਜੀ ਰੈਸ਼ ਅੱਛਾ ਜੀ ਜਦੋਂ ਲੜਾਈ ਲੱਗੀ ਤਾਂ ਮੇਰੇ ਨਾਨਾ ਜੀ ਸਰਦਾਰ ਦੇਸਾ ਸਿੰਘ ਜੀ ਹੌਲਦਾਰ ਸੀ ਜੀ ਉਹ ਜੰਗ ਤੋਂ ਬਾਅਦ ਉਹ ਆਪਣੀ ਫੈਮਿਲੀ ਸਾਰੀ ਇੱਥੇ ਲੈ ਕੇ ਆ ਗਏ ਜੀ ਇਹ ਇੱਕ ਮਤਲਬ ਜੰਗਲ ਸੀ ਜੰਗਲ ਦੇ ਵਿੱਚ ਛੱਪੜ ਸੀ ਛੱਪੜ ਨੂੰ ਪੂਰ ਕੇ ਉਹਨਾਂ ਨੇ ਆਪਣੀ ਰਿਹਾਇਸ਼ ਸ਼ੁਰੂ ਕੀਤੀ ਫਿਰ ਉਹਨਾਂ ਦੇ ਜਿਹੜੇ ਸੱਜਣ ਮਿੱਤਰ ਸੀ ਭਰਾ ਵੰਡ ਸੀ ਹੌਲੀ ਹੌਲੀ ਇੱਧਰ ਨੂੰ ਮਤਲਬ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਮਤਲਬ ਪੂਰਾ ਪਿੰਡ ਵਸ ਗਿਆ ਅੱਛਾ ਜਦੋਂ ਛੱਪੜ ਸੀਗਾ ਉਦੋਂ ਨੀ ਕੋਈ ਸਰਕਾਰੀ ਨੁਮਾਇੰਦਾ ਆਇਆ ਵੀ ਭਾਈ ਇਹ ਸਰਕਾਰੀ ਜ਼ਮੀਨ ਹੈ ਭਾਈ ਇਹ ਜੰਗਲ ਸੀ ਸਾਰਾ ਜੀ ਇੱਥੋਂ ਲੈ ਕੇ ਮਿੱਠਾਪੁਰ ਤੱਕ ਸਾਰਾ ਜੰਗਲ ਹੀ ਜੰਗਲ ਸੀ ਜੀ ਇੱਧਰ ਨੂੰ ਕੋਈ ਆਉਂਦਾ ਨਹੀਂ ਸੀ ਤੇ ਉਦੋਂ ਤੋਂ ਲੈ ਕੇ ਇੱਧਰ ਕੋਈ ਨਹੀਂ ਆਇਆ ਸਿਰਫ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਛੱਪੜ ਨੂੰ ਪੂਰਿਆ ਪੂਰ ਕੇ ਆਪਣਾ ਮਕਾਨ ਸ਼ੁਰੂ ਕੀਤਾ ਜੀ ਫਿਰ ਇੱਕ ਮੱਝ ਦੋ ਮੱਝ ਕਰਦੇ ਕਰਦੇ ਸਾਰਿਆਂ ਨੇ ਇੱਥੇ ਮਤਲਬ ਆਪਣਾ ਡੈਰੀ ਦਾ ਕੰਮ ਸ਼ੁਰੂ ਕੀਤਾ ਜੀ ਹੌਲੀ ਹੌਲੀ ਕੰਮ ਵੱਧਦਾ ਗਿਆ ਸ਼ਹਿਰ ਆਉਂਦਾ ਰਿਹਾ ਇੱਥੇ ਜੀ ਆਸੇ ਪਾਸੇ ਮਤਲਬ ਸਾਰੇ ਰਿਹਾਇਸ਼ ਸ਼ੁਰੂ ਹੋ ਗਈ ਜੀ ਹੁਣ ਆਣ ਕੇ ਜਦੋਂ ਮਤਲਬ ਪੂਰਾ ਇਹ ਜਲੰਧਰ ਏਰੀਆ ਪੂਰਾ ਭਰ ਗਿਆ ਮੋਲ ਟਾਊਨ ਪੂਰਾ ਭਰ ਗਿਆ ਅੱਜ ਲੋਕਾਂ ਨੂੰ ਇਸ ਜਗ੍ਹਾ ਦੀ ਕੀਮਤ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਇਹਨਾਂ ਨੂੰ ਹੁਣ ਚੱਕ ਦਿਓ ਹੁਣ ਉਹ ਸਭ ਨੂੰ ਇਹ ਗੰਦਾ ਲੱਗਣ ਲੱਗ ਪਿਆ ਜਦ ਉਸੇ ਡੈਰੀ ਸੀ ਜਿਹਦੇ ਸਿਰ ਤੋਂ ਲੋਕ ਦੁੱਧ ਬਹੁਤ ਦੂਰੋਂ ਦੂਰੋਂ ਆਣ ਕੇ ਇੱਥੋਂ ਦੁੱਧ ਲੈ ਕੇ ਜਾਂਦੇ ਸੀ ਚਲੋ ਇਹਨਾਂ ਨੇ ਡੈਰੀਆਂ ਪਹਿਲਾਂ ਕਿਹਾ ਤਾਂ ਵੀ ਡੈਰੀਆਂ ਬਾਹਰ ਕੱਢ ਦਿਉ ਲੋਕਾਂ ਨੇ ਮਤਲਬ ਜਿਹਦੇ ਕੋਲ ਥੋੜ੍ਹੀਆਂ ਮੱਝਾਂ ਸੀ ਉਹਨਾਂ ਨੇ ਮਤਲਬ ਜਮਸ਼ੇਦ ਜਗ੍ਹਾ ਨਹੀਂ ਲਈ ਜਮਸ਼ੇਦ ਡੈਰੀ ਦਿੱਤੀ ਸੀ ਇਹਨਾਂ ਨੇ ਕੁਛ ਲੋਕਾਂ ਨੇ ਜਿਹਨਾਂ ਕੋਲ ਮਤਲਬ 2-2-300 ਡੰਗਰ ਸੀ ਉਹਨਾਂ ਨੇ ਮਤਲਬ ਆਪਣੀ ਚਲੋ ਉੱਥੇ ਜਗ੍ਹਾ ਲੈ ਲਈ ਜਿਹਨਾਂ ਕੋਲ 10-20 ਡੰਗਰ ਸੀ ਉਹਨਾਂ ਲਈ ਇੱਥੇ ਇੰਨੀ ਦੂਰੋਂ ਅਪ ਡਾਊਨ ਕਰਨਾ ਬਹੁਤ ਔਖਾ ਸੀ
ਉਹਨਾਂ ਨੇ ਆਪਣੇ ਮਤਲਬ ਕੁਛ ਤੇ ਉਸ ਵੇਲੇ ਲੋਕਾਂ ਦੀਆਂ ਮੱਝਾਂ ਬਹੁਤ ਮਰੀਆਂ ਸੀ, ਬਿਮਾਰੀ ਫੈਲੀ ਸੀ। ਚਲੋ ਲੋਕਾਂ ਦੀਆਂ ਮੱਝਾਂ ਕੁਛ ਮਰ ਗਈਆਂ, ਸਾਡੇ ਵੀ ਮਤਲਬ 6 ਡੰਗਰ ਮਰ ਗਏ ਸੀ ਉੱਥੇ। ਅਸੀਂ ਮਤਲਬ ਆਪਣੇ ਫਾਦਰ ਸਾਹਿਬ ਨਾਲ ਸਲਾਹ ਕੀਤੀ ਵੀ ਅਸੀਂ ਦੋਨੋਂ ਦੋ ਬ੍ਰਦਰ ਸੀ ਅਸੀਂ। ਮੈਂ ਪਹਿਲੋਂ ਇੱਥੇ ਗੌਰਮੈਂਟ ਸਕੂਲ ਮੋਲ ਟਾਊਨ ਪੜ੍ਹਦਾ ਰਿਹਾ ਸੀ ਜੀ। ਫਿਰ ਅਸੀਂ ਮੈਂ ਨਕੋਦਰ ਚੌਂਕੋਂ ਲਾਲਪੁਰ ਖਾਲਸਾ ਸਕੂਲੇ ਪੜ੍ਹਿਆ ਜੀ, ਮੈਟ੍ਰਿਕ ਉੱਥੇ ਕੀਤੀ ਹੈ ਜੀ। 1975 ਦਾ ਮੇਰਾ ਇੱਥੇ ਮੋਡਲ ਟਾਊਨ ਦਾ ਜਨਮ ਹੈ ਜੀ। ਹੁਣ ਆਣ ਕੇ ਜਦੋਂ ਮੁਹੱਲਾ ਲਤੀਫਪੁਰਾ ਦੇ ਵਿੱਚ ਜੀ, ਉਦੋਂ ਤੋਂ ਲੱਗ ਕੇ ਮਤਲਬ ਹੁਣ ਅਸੀਂ ਮਤਲਬ ਦੋਨੋਂ ਭਰਾ ਫੈਕਟਰੀ ਕੰਮ ਕਰਦੇ ਸੀ। ਇਹ ਮੇਰੇ ਮਾਮਾ ਜੀ, ਇਹ ਵੀ ਇੱਥੇ ਫੈਕਟਰੀ ਕੰਮ ਕਰਦੇ ਸੀ ਜੀ। ਅਸੀਂ ਸਾਰੇ ਮਤਲਬ ਹੌਲੀ ਹੌਲੀ ਕੰਮ ਕਰਦੇ ਕਰਦੇ ਹੁਣ ਆਪਣੇ ਆਪਣੇ ਪੈਰਾਂ 'ਤੇ ਖੁਦ ਸਟੈਂਡ ਹੋਏ ਹਾਂ। ਅਤੇ ਹੁਣ ਆਣ ਕੇ ਸਰਕਾਰ ਨੇ ਮਤਲਬ ਇੱਕ ਘਾਟ ਆ ਕੇ ਸਾਨੂੰ ਫਿਰ ਉੱਦਾਂ ਹੀ ਉਜਾੜ ਦਿੱਤਾ ਜਿਹੜਾ 1947 ਵਿੱਚ ਸਾਡੇ ਫਾਦਰ ਹੁਣਾਂ ਨੂੰ ਉਜਾੜਿਆ ਸੀ। ਬਈ ਛੋਟੇ ਛੋਟੇ ਬੱਚੇ ਨੇ, ਉਹ ਵੀ ਕਸੂਰ ਪੁੱਛਦੇ ਹੁਣ ਵੀ ਸਾਡਾ ਕੀ ਕਸੂਰ ਹੈ, ਵੀ ਅੱਤ ਦੀ ਠੰਡ 'ਚ ਅਸੀਂ ਤਾਂ ਘਰਾਂ ਦੇ ਵਿੱਚ ਬਾਹਰ ਬੈਠੇ ਹਾਂ। ਬਈ ਮੇਰੇ 3 ਬੱਚੇ ਹੈ ਜੀ, 2 ਕੁੜੀਆਂ 1 ਮੁੰਡਾ। ਵੱਡੀ ਕੁੜੀ ਮੇਰੀ 14ਵੀਂ 'ਚ ਹੈ, ਛੋਟੀ ਕੁੜੀ 12ਵੀਂ 'ਚ ਹੈ, ਮੁੰਡਾ 11ਵੀਂ ਵਿੱਚ ਹੈ। ਬਈ ਮੇਰੀ ਇੱਥੇ ਕਰਿਆਨੇ ਦੀ ਦੁਕਾਨ ਸੀ ਜਿਹੜੀ ਗੌਰਮੈਂਟ ਨੇ ਢਾ ਦਿੱਤੀ, ਜਿਹਦੇ 'ਤੇ ਸਿਰ ਤੋਂ ਮੈਂ ਰੋਟੀ ਖਾਂਦਾ ਸੀ, ਜਿਹਦੇ ਤੋਂ ਮੈਂ ਆਪਣਾ ਪਰਿਵਾਰ ਚਲਾਉਂਦਾ ਸੀ। ਅੱਜ ਮੇਰੇ ਕੋਲ ਨਾ ਤਾਂ ਮਤਲਬ ਮੇਰੀ ਦੁਕਾਨਦਾਰੀ ਹੈ, ਨਾ ਮੇਰਾ ਘਰ ਹੈ, ਦੋਨੋਂ ਚੀਜ਼ਾਂ ਸਰਕਾਰ ਨੇ ਉਜਾੜ ਦਿੱਤੀਆਂ। ਅੱਜ ਮੈਂ ਤੁਸੀਂ ਆਪੇ ਹੀ ਲਾ ਲਓ, ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਬੱਚਾ ਪੜ੍ਹਾਉਣਾ ਕਿੰਨਾ ਔਖਾ ਹੈ, ਮਗਰ ਮੇਰੇ ਹੁਣ 3 ਬੱਚੇ ਜਿਹੜੇ ਪੜ੍ਹਦੇ ਪਏ, ਉਹਨਾਂ ਦੀਆਂ ਫੀਸਾਂ ਕਿੱਥੋਂ ਦਊਂਗਾ। ਮੇਰੀ ਦੁਕਾਨਦਾਰੀ ਟੁੱਟ ਗਈ ਹੈ, ਮੇਰਾ ਮਤਲਬ ਕੰਮ ਹੀ ਖਤਮ ਹੋ ਗਿਆ, ਮੇਰਾ ਘਰ ਵੀ ਟੁੱਟ ਗਿਆ, ਮੈਂ ਇਸ ਟਾਈਮ ਬੱਚਿਆਂ ਨੂੰ ਕਿਹੜੇ ਹਿਸਾਬ ਨਾਲ ਪੜ੍ਹਾਵਾਂਗਾ। ਸਹੀ ਗੱਲ ਹੈ, ਹੁਣ ਲਾਸਟ ਦੇ ਪੇਪਰ ਆਉਣ ਵਾਲੇ ਹੈ, ਅਗਲੇ ਮਹੀਨੇ ਤੁਹਾਨੂੰ ਪਤਾ ਪੇਪਰ ਹੈ, ਅਤੇ ਹੁਣ ਮੇਰੇ ਕੋਲ ਬੱਚਿਆਂ ਦੀ ਫੀਸ 15-15 ਹਜ਼ਾਰ ਰੁਪਇਆ ਸਕੂਲੇ ਜਮ੍ਹਾਂ ਹੈ, ਮੈਂ ਭਾਅ ਜੀ ਕਿੱਥੋਂ ਦਊਂਗਾ ਇਸ ਟਾਈਮ। ਇਸ ਲਈ ਸਰਕਾਰ ਨੂੰ ਚਾਹੀਦਾ ਵੀ ਇਹਦੇ ਬਾਰੇ ਕੁਛ ਸੋਚਣਾ, ਜਿੱਦਾਂ ਹੁਣ ਇਸ ਮੌਸਮ ਦੇ ਵਿੱਚ ਸਾਨੂੰ ਉਜਾੜਿਆ, ਸਾਡੇ ਕੋਈ ਕੰਮ ਕਾਰ ਨਹੀਂ, ਸਾਡੇ ਕੰਮ ਵੀ ਖਤਮ ਹੋ ਗਏ, ਸਾਡੇ ਘਰ ਵੀ ਖਤਮ ਹੋ ਗਏ। ਬਈ ਗੁਜ਼ਾਰਾ ਕਿੱਦਾਂ ਹੁੰਦਾ ਹੈ, ਪਰਿਵਾਰ ਦਾ ਪਾਲਣ ਪੋਸ਼ਣ ਤਾਂ ਬਹੁਤ ਜ਼ਰੂਰੀ ਹੈ। ਚਲੋ ਖਾਲਸਾ ਏਡ ਤਾਂ ਤੁਹਾਡੀ ਹੈਲਪ ਕਰ ਰਹੇ ਨੇ ਇੱਥੇ ਆ ਕੇ, ਹੈ ਨਾ, ਖਾਣ ਨੂੰ ਦਿੱਤਾ ਜਾ ਰਿਹਾ, ਹੋਰ ਪਰਿਵਾਰ ਦੀਆਂ ਕਈ ਲੋੜਾਂ ਹੁੰਦੀਆਂ ਆ, ਫਿਰ ਉਹ ਕਿੱਦਾਂ ਬਾਈ ਮੈਨੇਜ ਕਰਦੇ ਹੋ? ਬਈ ਇਸ ਟਾਈਮ ਸਾਡਾ ਤੁਸੀਂ ਦੇਖ ਹੀ ਰਹੇ ਹੋ, ਜੇ ਖਾਲਸਾ ਏਡ ਅਤੇ ਆਪਣਾ ਕਿਸਾਨ ਵੀਰ ਸਾਡੇ ਕੋਲ ਨਾ ਆਉਂਦੇ, ਸਾਡੇ ਕੋਲ ਤਾਂ ਬਸ ਇੱਦਾਂ ਬਾਹਰ ਹੀ ਸੁੱਤਾ ਹੋਣਾ। ਇਸ ਤਰੇਲੇ ਦਿਨ ਦੇ ਵਿੱਚ ਅਸੀਂ ਬਾਹਰ ਮੰਜੀਆਂ ਡਾ ਗਏ ਸੀ, ਬਾਹਰ ਹੀ ਇੱਥੇ ਸੁੱਤੇ ਸੀ, 3 ਵਜੇ ਅਸੀਂ ਬਾਹਰ ਸੁੱਤੇ। ਚਲੋ ਕਿਸਾਨ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਹੜੇ ਆਏ ਸਾਡੇ ਕੋਲ, ਜਿਨ੍ਹਾਂ ਨੇ ਆਣ ਕੇ ਸਾਡੀ ਹੈਲਪ, ਸਾਡੀ ਬਾਂਹ ਫੜੀ, ਅਸੀਂ ਉਹ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਣ ਕੇ ਸਾਡਾ ਇੰਨਾ ਸਾਥ ਦਿੱਤਾ। ਖਾਲਸਾ ਏਡ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਣ ਕੇ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕੀਤਾ, ਨਹੀਂ ਤਾਂ ਅਸੀਂ ਭੁੱਖੇ ਮਰ ਜਾਣਾ ਸੀ, ਸਾਡੇ ਸਾਰੇ ਪਰਿਵਾਰ ਜਿੰਨਾ ਪੂਰਾ ਪਿੰਡ ਹੈ ਸਾਰਾ ਭੁੱਖਾ ਮਰ ਜਾਣਾ ਸੀ। ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇੰਨੀ ਆਣ ਕੇ ਮਦਦ ਕੀਤੀ। ਮੈਂ ਆਪਣੇ ਕਿਸਾਨ ਵੀਰਾਂ ਦਾ ਵੀ ਬਹੁਤ ਸ਼ੁਕਰਾਨਾ ਕਰਦਾ ਵਾਂ ਜਿਨ੍ਹਾਂ ਨੇ ਆਣ ਕੇ ਸਾਡੀ ਬਾਂਹ ਫੜੀ ਅਤੇ ਸਾਨੂੰ ਇੱਥੇ ਰਹਿਣ 'ਤੇ ਸਾਥ ਦਿੱਤਾ। ਅਤੇ ਬਈ ਹੁਣ ਜਿੱਦਾਂ ਇੱਕ ਪਰਿਵਾਰ ਹੈ, ਜਿੱਦਾਂ ਇਹ ਤੰਬੂ ਸਾਰਿਆਂ ਨੂੰ ਇੱਕ ਸੈਪਰੇਟ ਸੈਪਰੇਟ ਤੰਬੂ ਲੱਗੇ ਹੋਏ ਆ, ਇਹ ਤੰਬੂ ਦੇ ਵਿੱਚ ਹੁਣ ਕਿੰਨੇ ਜੀਅ ਰਹਿੰਦੇ? ਇੱਕ ਪਰਿਵਾਰ ਦੇ ਇੱਕ ਤੰਬੂ ਦੇ ਵਿੱਚ ਬਾਈ 3-3 ਪਰਿਵਾਰ, 2-2 ਪਰਿਵਾਰ ਰਹਿ ਰਹੇ ਆ ਜੀ। ਅੱਛਾ, ਹਾਂਜੀ, ਸਹੀ ਆ, ਬਹੁਤ ਔਖਾ ਟਾਈਮ ਆਇਆ ਪਿਆ। ਚਲੋ ਪਰਮਾਤਮਾ ਦੀ ਮਿਹਰ ਹੈ ਜਿਨ੍ਹਾਂ ਨੇ ਇਹਨਾਂ ਵੀਰਾਂ ਨੂੰ ਭੇਜਿਆ ਅਤੇ ਸਾਡਾ ਸਹਾਰਾ ਬਣੇ ਆ। ਅਸੀਂ ਆਸ ਇਹਨਾਂ ਭਰਾਵਾਂ ਦੀ ਬਹੁਤ ਵੱਡੀ ਆਪਣੇ ਆਪ 'ਤੇ ਮਤਲਬ ਸਮਝਦੇ ਆ ਵੀ ਜਿਨ੍ਹਾਂ ਨੇ ਸਾਡੀ ਮਦਦ ਕੀਤੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ। ਅਤੇ ਗੌਰਮੈਂਟ ਨੂੰ ਇਹ ਅਹਿਸਾਸ ਦਿਵਾਉਂਦੇ ਹਾਂ ਜਦੋਂ ਤੱਕ ਇਹ ਲੜਾਈ ਚੱਲੇਗੀ ਅਸੀਂ ਡਟ ਕੇ ਲੜਾਂਗੇ, ਅਸੀਂ ਗੌਰਮੈਂਟ ਤੋਂ ਹਾਰ ਨਹੀਂ ਮੰਨਾਂਗੇ। ਅਤੇ ਗੌਰਮੈਂਟ ਜੇ ਇਹ ਸਿੱਧੇ ਰਾਹ 'ਤੇ ਨਹੀਂ ਆਉਂਦੀ ਤਾਂ ਅਸੀਂ ਤਗੜੇ ਤੋਂ ਤਗੜਾ ਹੰਗਾਮਾ ਕਰਕੇ ਪੂਰੇ ਪੰਜਾਬ ਨੂੰ ਬੰਦ ਕਰ ਦਾਂਗੇ। ਸਹੀ ਹੈ ਭਾਅ ਜੀ, ਮੈਂ ਇੱਕ ਹੋਰ ਵੀ ਦੇਖੀ ਸੀ, ਨਿਊਜ਼ ਦੇਖੀ ਸੀ ਕਿ ਇੱਕ ਬਾਪੂ ਨੇ ਆਪਣਾ ਬਾਲਣ ਇਕੱਠਾ ਕਰ ਲਿਆ ਅੰਤਮ ਸੰਸਕਾਰ ਲਈ, ਇੱਦਾਂ ਦੀ ਵੀ ਸੀਗੀ ਕੋਈ? ਅਤੇ ਵੀ ਬਜ਼ੁਰਗ ਕਹਿੰਦਾ ਵੀ ਮੈਂ ਮਰ ਜਾਣਾ ਵੀ ਮਤਲਬ ਮੈਂ ਪਤਾ ਨਹੀਂ ਆਪਣੇ ਆਪ ਨੂੰ, ਇੱਦਾਂ ਦਾ ਵੀ ਹੋਇਆ ਸੀ ਕੁਛ ਕਿ ਨਹੀਂ? ਹਾਂਜੀ ਭਾਅ ਜੀ, ਇੱਦਾਂ ਦਾ ਵੀ ਹੋਇਆ ਸੀ ਜਦੋਂ ਮਤਲਬ ਤੁਸੀਂ ਆਪ ਸਮਝਦਾਰ ਹੋ ਇੱਕ, ਚਲੋ ਅਸੀਂ ਤਾਂ ਚਲੋ ਫਿਰ ਵੀ ਮਤਲਬ ਹੈਗੇ ਹਾਂ, ਬੱਚੇ ਹਾਂ, ਉਹਨਾਂ ਦੇ ਪਰਿਵਾਰ ਐਸੇ ਜਿਹੇ ਜਿਹਨਾਂ ਕੋਲ
ਖਾਣ ਲਈ ਭਾਜੀ ਕੁਛ ਹੈ ਨਹੀਂ ਸੀ। ਮੈਂ ਦੋ ਹੀ ਦੇਖਿਆ ਉਹ ਤੁਹਾਨੂੰ ਕਿਹਾ ਵੀ ਜੇ ਖਾਲਸਾ ਐਡ ਵਾਲੇ ਨਾ ਆਉਂਦੇ ਤਾਂ ਭਾਜੀ ਅਸੀਂ ਭੁੱਖੇ ਮਰ ਜਾਣਾ ਸੀ। ਬਜ਼ੁਰਗਾਂ ਦਾ ਬਹੁਤ ਔਖਾ ਹੁਣ ਬਾਪੂ ਬਜ਼ੁਰਗ ਸਾਹਿਬ ਸਾਡੇ ਆ ਦੇਖ ਲਓ ਤੁਸੀਂ ਸਾਰੇ ਸਾਰੇ ਸਿਆਣੇ ਦੇਖ ਹੀ ਰਹੇ ਹੋ। ਬਾਪੂ ਕਿੰਨੀ ਉਮਰ ਹੈ ਤੁਹਾਡੀ? ਮੈਂ ਤਾਂ ਉਦੋਂ ਉਮਰ ਨਹੀਂ ਪੁੱਛ ਹੋਈ। ਮੇਰੀ 70-75 ਸਾਲ। ਅੱਛਾ 75 ਸਾਲ ਦੀ ਉਮਰ 'ਚ ਯਾਰ ਦਿਹਾੜੀ ਕਰਨੀ ਬੜਾ ਔਖਾ ਕੰਮ ਆ। ਮਿਸਤਰੀ ਨਾਲ ਜਾ ਕੇ ਆਏ ਅੱਜ? ਹਾਂਜੀ। ਅੱਛਾ ਕੀ ਕੰਮ ਕੀਤਾ ਸਾਰੀ ਦਿਹਾੜੀ ਅੱਜ? ਫਿਰ ਲੇਬਰ ਦਾ ਜੀ। ਲੇਬਰ ਦਾ, ਇੱਟਾਂ ਫੜਾਉਣ ਦਾ ਜਾਂ ਫਿਰ ਸੀਮੈਂਟ ਸੂਮੈਂਟ ਜਾਂ ਮਿਕਸ ਕਰਕੇ ਫੜਾਉਣ ਦਾ? ਕਰਨਾ ਪੈਂਦਾ ਜੀ। ਆਹ ਦੇਖੋ ਜੀ, ਸਭ ਕੁਝ ਕਰਦੇ ਆ। ਹਾਂ ਦਿਹਾੜੀਆਂ ਕਰ ਕਰ ਕੇ ਦੇਖੋ। ਆਹ ਦੇਖੋ ਹੱਥ ਸਾਡੇ ਬਜ਼ੁਰਗਾਂ ਦਾ ਜੀ। ਇੱਟਾਂ ਫੜਾਉਂਦੇ ਆ, ਦੇਖੋ ਕੀ ਹਾਲ ਹੋਣ ਦੇ, ਦਿਹਾੜੀਆਂ ਕਰਨ ਦੇ। ਤੂੰ ਕਿੰਨਾ ਪੁੱਤ ਸਕੂਲੇ ਜਾਂਦਾ ਹੁੰਦਾ ਕਿ ਨਹੀਂ? ਸਕੂਲੇ ਜਾਂਦਾ? ਅੱਛਾ ਕਿਹੜੀ ਕਲਾਸ ਪੜ੍ਹਦੀ ਆ? ਸੈਕਿੰਡ। ਸੈਕਿੰਡ ਚ ਤੂੰ ਸਰਕਾਰ ਨੂੰ ਕਹਿਣਾ ਕੁਛ? ਹਾਂ। ਕੀ ਕਹਿਣਾ ਚਾਹੁੰਦੀ ਆ? ਮਾਰਨਾ। ਹੈ? ਮਾਰਨਾ ਚਾਹੁੰਦੀ ਸਰਕਾਰ ਨੂੰ? ਦੇਖੋ ਬੱਚੇ ਆ ਨਿੱਕੇ ਜਿਹੇ, ਕਹਿੰਦੇ ਹੁੰਦੇ ਬੱਚੇ ਰੱਬ ਦਾ ਰੂਪ। ਉਹਨੂੰ ਪੁੱਛਿਆ ਵੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਆ, ਕਹਿੰਦੀ ਸਰਕਾਰ ਨੂੰ ਮਾਰਨਾ ਚਾਹੁੰਦੀ ਆ। ਇਹ ਰੋਸ ਆ ਜਿੱਦਾਂ ਹਨਾ ਨਿਆਣਿਆਂ ਦਾ। ਹੋਰ ਬਾਪੂ ਜੀ, ਫਿਰ ਦਵਾ ਦਾਰੂ ਦਾ ਕਿੱਦਾਂ ਚੱਲਦਾ? ਜਦੋਂ ਢਾਣ ਆਇਆ ਆ ਸੜਿਆ ਖੁੱਪ ਗਿਆ ਮੇਰੇ। ਅੱਛਾ। ਪੁਲਿਸ ਵਾਲੇ ਨੇ ਧੱਕਾ ਮਾਰਿਆ, ਮੈਂ ਡਿੱਪਿਆ ਸੜਿਆ ਦੇ ਉੱਤੇ, ਸੜਿਆ ਮੇਰੇ ਪੂਰਾ। ਠੀਕ ਆ। ਬਾਕੀ ਕਹਿੰਦੇ ਬਾਹਰ ਜਗ੍ਹਾ ਦਿੰਦੇ ਆ, ਬਾਹਰ ਆਪਾਂ ਜਾਣਾ ਨੀਗਾ, ਜਗ੍ਹਾ ਇੱਥੇ ਹੀ ਲੈਣੀ ਆ, ਇੱਥੇ ਬਣਾ ਕੇ ਰਹਿਣਾ। ਸਹੀ ਆ। ਮਰ ਜਾਣਾ ਮਨਜ਼ੂਰ ਆ, ਸਾਡੇ ਕਮਰੇ ਵੀ ਢਾਹਤੇ ਆ, ਸਾਨੂੰ ਵੀ ਆ ਕੇ ਮਾਰ ਜਾਣੇ, ਇਹ ਸਾਰਾ ਮਹੱਲਾ ਖਲੋ ਜਾਂਦਾ, ਅਸੀਂ ਜਾਣਾ ਨੀ ਇੱਥੇ। ਸਹੀ ਆ। ਉਹ ਤਾਂ ਤੁਹਾਡੀ ਵੀ ਗੱਲ ਸਹੀ ਆ, ਫਿਰ ਕਿਤੇ ਯਾਰਡ ਏਰੀਏ ਦੇ ਵਿੱਚ ਕਿਤੇ ਜਿੱਥੇ ਉੱਥੇ ਲੈ ਕੇ ਦੇ ਦੂਗੇ। ਹੁਣ ਮੰਨ ਲਓ ਚਲੋ ਤੁਹਾਡਾ ਇੱਥੇ ਘਰ, ਹੁਣ ਉਸ ਤੋਂ ਪਹਿਲਾਂ ਢਹਿਣ ਤੋਂ ਪਹਿਲਾਂ ਬਹੁਤ ਸਾਰੇ ਲੋਕੀ ਘਰ ਵੇਚਦੇ ਵੀ ਹੁਣ, ਨਵੇਂ ਵੀ ਲੈਂਦੇ ਹੁਣ, ਨਵੇਂ ਵੀ ਇੱਦਾਂ ਵੀ ਹੁੰਦੀ ਸੀ। ਮਤਲਬ ਕੋਈ ਇੱਦਾਂ ਤਾਂ ਹੋਊਗਾ ਕਿ ਪਏ ਤੁਹਾਡੇ ਇਸ ਮਹੱਲੇ 'ਚੋਂ ਕਦੇ ਕੋਈ ਬੰਦਾ ਘਰ ਵੇਚ ਕੇ ਬਾਹਰ ਚਲ ਗਿਆ, ਤੁਸੀਂ ਲੈ ਲਿਆ ਹੋਵੇ, ਤੁਹਾਡੇ ਆਂਢੀ ਗੁਆਂਢੀ ਲੈ ਲਿਆ। ਮੇਰਾ ਮਤਲਬ ਕਹਿਣ ਦਾ ਵੀ ਉਹ ਇਸ ਘਰ ਦੀ ਜਿਹੜੀ ਕੀਮਤ ਸੀ, ਉਹ ਤਾਂ ਉਹ ਥੋੜੋ ਬਾਹਰ ਕਿਤੇ ਵੀ ਮਿਲਣੀ ਆ ਹਨਾ। ਜਿਹੜੀ ਹੁਣ ਇਹ ਤੁਸੀਂ ਸ਼ਹਿਰ 'ਚ ਬੈਠੇ ਆ, ਬਾਹਰ ਤਾਂ ਸਸਤੇ ਭਾਅ ਦਾ ਤੁਹਾਨੂੰ ਥਾਂ ਲੈ ਕੇ ਦੇ ਦੂਗੇ, ਮਾੜਾ ਮੋਟਾ ਟੀਨਾ ਟੂਨਾ ਪਾ ਕੇ ਛੱਤ ਦੂਗੇ। ਇੱਥੋਂ ਦੀ ਜਗ੍ਹਾ ਜਿਹੜੀ ਕੀਮਤੀ ਹੈ ਬਾਹਰ ਤੇ ਇੱਥੋਂ, ਜਿੱਦਾਂ ਸਰਕਾਰੀ ਐਂਕਰ ਅੱਜ ਦੱਸਣ ਡੇ ਸੀ ਕਿ 70-7 ਹਜ਼ਾਰ ਕਰੋੜ ਨੂੰ ਮਰਲਾ ਵਾ ਜੀ, ਤੇ ਜਿਹੜੀ ਬਾਹਰ ਆ ਉੱਥੇ ਤੇ 2000 ਮਤਲਬ ਲੱਖ ਨੂੰ ਵੀ ਮਿਲ ਜਾਂਦੀ, 1.5 ਲੱਖ ਨੂੰ ਵੀ ਮਿਲ ਜਾਂਦੀ ਹੈ। ਇੱਥੋਂ ਦੀ ਕੀਮਤ ਬਾਹਰ ਤੇ ਹੋ ਹੀ ਨਹੀਂ ਸਕਦੀ। ਰਹੀ ਗੱਲ ਇਹਨਾਂ ਦੇ ਜਿਹੜੇ ਫਲੈਟਾਂ ਦੀ, ਫਲੈਟਾਂ ਦੇ ਵਿੱਚ ਗੋਡੇ ਗੋਡੇ ਨਰਕ ਤੇ ਅੰਦਰ, ਉੱਥੇ ਹੈ ਹੀ ਸਮੈਕੀ। ਅਸੀਂ ਤਾਂ ਕਦੀ ਵੀ ਨਾ ਆਪਣੇ ਨਿਆਣੇ ਲੈ ਕੇ ਜਾਈਏ ਸਮੈਕੀਆਂ 'ਚ, ਸਮੈਕੀਆਂ 'ਚ ਕੱਢਣ ਦੀ ਕੋਸ਼ਿਸ਼ ਕਰੀ ਦੀ, ਨਿਆਣੇ ਆਪਣੇ ਜਿਹੜੇ ਹੈ ਵੀ ਫਸੇ ਵੀਰ ਭਰਾ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੀ ਦੀ ਕਿ ਨਿਕਲੋ, ਅਸੀਂ ਆਪ ਲਿਆ ਕੇ ਇਹਨਾਂ ਨੇ ਆਪਣੇ ਪੈਰਾਂ ਦਾ ਖੁਦ ਘਾਰਾ ਮਾਰਨਾ, ਉਹ ਹਿਸਾਬ ਅਸੀਂ ਕਰਾਂਗੇ ਜੇ ਅਸੀਂ ਉੱਥੇ ਲਿਆ ਕੇ ਆਪਣੇ ਨਿਆਣਿਆਂ ਜਾਵਾਂਗੇ। ਪਰ ਸਾਡੇ ਬੱਚਿਆਂ ਦਾ ਉੱਥੇ ਫਿਊਚਰ ਥੋੜ੍ਹੀ ਆ, ਉੱਥੇ ਐਡੀ ਦੂਰ ਹੁਣ ਭਰਾਈਆਂ, ਇੱਥੇ ਸਟਾਰਟਿੰਗ ਇੱਥੇ ਨਿਆਣਿਆਂ ਦੀ, ਹੁਣ ਉੱਥੇ ਜਾ ਕੇ ਨਵੇਂ ਸਿਰੇ ਤੋਂ ਨਵੇਂ, ਪਹਿਲੀ ਤਾਂ ਗੱਲ ਤਾਂ ਉੱਥੇ ਅੰਦਰ ਜਾ ਕੇ ਤਾਂ ਹੋਸ਼ ਹੀ ਨਹੀਂ ਹੋਣੀ ਥੋੜ੍ਹੇ ਕੀਤੇ ਨੇ ਨਿਆਣਿਆਂ, ਹੁਣ ਇੱਥੇ ਸਟਾਰਟਿੰਗ ਇੱਥੇ ਲੱਗ ਗਏ ਸਕੂਲ, ਨਿਆਣੇ ਤੋਂ ਲੈ ਕੇ ਕੱਲ ਭੇਜ ਦੀਦਾ ਵਾ, ਥੋੜੇ ਜਿਹੇ ਲੇਟ ਸਵੇਰ ਘੱਲ ਦੀਦਾ, ਪਰ ਓਡੀ ਦੂਰੋਂ ਇੱਥੇ ਨਿਆਣੇ ਲਿਆ ਕੇ ਆਉਣਾ ਥੋੜੀ ਮੁਸ਼ਕਲ ਆ। ਸਾਲ ਸਾਲ ਦੀ ਇੱਕ ਤੇ ਪੜ੍ਹਾਈਆਂ ਖਰਾਬ ਹੋਣ ਦੀਆਂ ਦੀਆਂ ਇਹਨਾਂ ਦੀਆਂ। ਸਹੀ ਗੱਲ ਆ। ਇਹ ਤੇ ਗੱਲ ਹੈ ਨਾ, ਹੁਣ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਇਹ, ਜਦੋਂ ਢਾਉਣ ਤੋਂ ਪਹਿਲਾਂ ਸਰਕਾਰਾਂ ਨੂੰ ਚਾਹੀਦਾ ਕਿ ਅਸੀਂ ਪਹਿਲਾਂ ਕੁਛ ਸੋਚੀਏ, ਹੁਣ ਫਲੈਟਾਂ ਦੇ ਆਫਰ ਦੇਣ ਦੇ, ਢਾਉਣ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਸੀ। ਬਿਲਕੁਲ ਸਹੀ ਗੱਲ ਆ। ਉਹ ਨਾ ਹੁਣ ਇਹ ਢਾ ਕੇ ਸੜਕ ਤੇ ਆ ਗਿਆ ਨੂੰ, ਅੱਜ ਮਹੀਨਾ ਹੋ ਗਿਆ, ਪੂਰਾ ਮਹੀਨਾ ਹੋ ਗਿਆ, ਅੱਜ 8 ਤਰੀਕ ਪੂਰਾ ਮਹੀਨਾ ਹੋ ਗਿਆ ਘਰੋਂ ਬਾਹਰ ਨਿਕਲਿਆ ਨੂੰ। ਕੀ ਗੱਲ, ਮਹੀਨਾ ਉਹ ਇੱਕ ਘੰਟਾ ਇੱਕ ਇੱਕ ਮਿੰਟ ਜਿਹੜਾ ਸਾਡੇ ਤੇ ਨਿਕਲਣ ਡਿਆ, ਸਾਨੂੰ ਪਤਾ ਲੱਗਣ ਡਿਆ ਕਿ ਅਸੀਂ ਸੜਕਾਂ ਤੇ ਬੈਠਿਆ ਉਹ ਤੇ ਉੱਤੇ ਬਸ ਪੈਨ ਚਲਾਉਣ ਡੇ ਆ ਕਿ ਹਾਂ ਕੁਰਸੀ ਤੇ ਬਹਿ ਜਾਂਦੇ ਨੇ, ਪੈਨ ਚਲਾ ਦਿੰਦੇ, ਇੱਦਾਂ ਕਰ ਲੈਂਦੇ ਜੀ, ਇੱਦਾਂ ਕਰ ਲੈਂਦੇ। ਪਹਿਲਾਂ ਕਿੱਥੇ ਗਏ ਸੀ, ਪਹਿਲਾਂ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਆਏ ਹਾਂ, ਮਿਲਣ ਐਪਲੀਕੇਸ਼ਨਾਂ ਦਿੰਦੇ ਆਏ ਹਾਂ ਕਿ ਸਾਡੀ ਸੁਣਵਾਈ ਕਰੋ, ਸਾਡਾ ਸਾਡੇ ਨਾਲ ਬਹਿ ਕੇ ਗੱਲ ਕਰੋ, ਉਦੋਂ ਤੇ ਬਸ ਹਾਂਜੀ ਠੀਕ ਆ ਕਰ ਦਿੰਦੇ, ਸ਼ੁੱਕਰਵਾਰ ਤੋਂ ਕਾਰਵਾਈ ਹੋ ਗਈ। ਵੀਰਵਾਰ ਅਸੀਂ ਬਾਹਰ ਰਾਤ ਸਾਰੀ ਰਾਤ ਏਦਾਂ ਹੀ ਅੱਗ ਬਾਲ ਕੇ ਬਾਹਰ ਹੀ ਬੈਠੇ ਰਹੇ, ਆ ਡਰ ਹੁੰਦਾ ਕਦੋਂ ਕਾਰਵਾਈ ਹੋ ਜਾਏਗੀ। ਰਾਤ ਵੀ ਉਸ ਦਿਨ ਵੀ ਅਸੀਂ ਬਾਹਰ ਹੀ ਸਵੇਰੇ 4 ਵਜੇ ਚਾਰੋ ਪਾਸੇ ਇਹਨਾਂ ਨੇ ਘੇਰ ਲਿਆ, ਨਾ ਕਿਸੇ ਨੂੰ ਬਾਹਰ ਜਾਣ ਜੋਗੇ ਨਾ ਅੰਦਰ ਆਉਣ ਜੋਗੇ। ਅੱਛਾ, ਹੁਣ 5:30 ਕਾਰਵਾਈ ਹੋ ਗਈ ਸੀ। ਸਾਡੇ ਤੇ ਇੱਥੇ ਕੁੜੀ ਰਹਿੰਦੀ ਸੀ, ਹੋਰ ਥੋੜੀ ਕੋਈ ਵਸਤ ਦੇ ਕੇ ਹੁਣ ਇਹਨੇ ਸਵੇਰੇ ਤੇ ਕਾਰਵਾਈ ਕਰਕੇ ਤੇ ਚੱਲ ਪਏ।
बिलकुल बंद सीगा सारा एरिया ऐदा सीगा ब्लॉक किया हो कि ना अंदर जान देना ना अंदरों बहर जाना ऐदा ही ना इतना जिदा छावनी दे विच पुलिस फोर्स होंगी अपने फौजी होंगे ना सारे इधर सोनी वांगू ही पुलसी पुलसी उन्हें जी साढ़े अपने नहीं उस टाइम होने जे इस टाइम तो वध पुलिस वाले जे एक एक जाने ने भी फड़ना चार चार पांच पांच जाने पुलिस वाले दे जी ਭੈਣ ਜੀ ਇੱਕ ਤਾਂ ਗੱਲ ਹੋਰ ਛੋਟੀਆਂ ਛੋਟੀਆਂ ਬੱਚੀਆਂ ਜਿੱਦਾਂ ਹੈ ਨਾ ਸਕੂਲ ਦੇ ਵਿੱਚ ਤਿਆਰੀ ਕਰਵਾਉਣ ਲਈ ਜਿਹਦੇ ਘਰ ਦੇ ਵਿੱਚ ਤੁਸੀਂ ਪ੍ਰਬੰਧ ਕਰਦੇ ਸੀ ਛੋਟੀਆਂ ਛੋਟੀਆਂ ਬੱਚੀਆਂ ਜਦੋਂ ਸਕੂਲ ਜਾਂਦੀਆਂ ਬਹੁਤ ਫਰਕ ਪੈ ਗਿਆ ਹੁਣ ਹੈ ਨਾ ਘਰ 'ਚ ਤਿਆਰ ਕਰਨਾ ਬੱਚਿਆਂ ਨੂੰ ਇੱਥੇ ਹੁਣ ਤੰਬੂਆਂ ਦੇ ਵਿੱਚ ਆਪਾਂ ਜੀਵਨ ਬਸਰ ਕਰ ਰਹੇ ਹਾਂ ਬੜੀਆਂ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਬਹੁਤ ਜ਼ਿਆਦਾ ਕਿ ਹੁਣ ਅਸੀਂ ਬੱਚਿਆਂ ਨੂੰ ਹੁਣ ਕਈ ਵਾਰ ਇੱਥੇ ਆਪ ਟੁੱਟੀ ਹੈ ਸਿਰਫ ਇਹ ਵੀ ਨਾ ਹੋਵੇ ਤਾਂ ਬੁਰਸ਼ ਬਰਸ਼ ਉੱਦਾਂ ਹੀ ਹੁਣ ਤਾਂ ਉੱਦਾਂ ਹੀ ਕਿ ਸਕੂਲ ਵਾਲਿਆਂ ਨੇ ਇੰਨਾ ਕੁ ਕਰ ਛੱਡਿਆ ਕਿ ਕੋਈ ਨਹੀਂ ਵਰਦੀ ਤੋਂ ਬਿਨਾਂ ਘੱਲ ਦਿਉ ਕੋਈ ਇੰਟੈਂਸ਼ਨ ਨਹੀਂ ਇੱਦਾਂ ਘੱਲ ਦਿਉ ਹੁਣ ਨਾ ਕਿੱਦਾਂ ਰੋਜ਼ ਵਰਦੀ ਧੋ ਕੇ ਭੇਜਣੀ ਹੁਣ ਇਹ ਇੱਕ ਵਰਦੀ ਹਫ਼ਤਾ ਹਫ਼ਤਾ ਚੱਲਦੀ ਹੁਣ ਤੁਹਾਨੂੰ ਆ ਵੀ ਪਤਾ ਅਗਲੇ ਮਹੀਨੇ ਹੁਣ ਇਹ ਤਾਂ ਸ਼ੱਕ ਅੰਦਰ ਧੋਣ ਦੀ ਨਹੀਂ ਨਹਾਉਣ ਦਾ ਵੀ ਔਖਾ ਦਾ ਔਖਾ ਸਭ ਕੁਝ ਔਖਾ ਸਭ ਕੁਝ ਜਿਹੜੀ ਉਹਨਾਂ ਬੋਰਡ ਦੀ ਕਲਾਸਾਂ ਦੀਆਂ ਪੜ੍ਹਾਈ ਆ ਨਾ ਉਹ ਤਾਂ ਇੰਨੀ ਕੁ ਪਿੱਛੇ ਚੱਲਣ ਦੀ ਹੈ ਨਾ ਕੋਈ ਹਿਸਾਬ ਨਹੀਂ ਕਿਉਂਕਿ ਘਰਾਂ ਦੇ ਵਿੱਚ ਬੱਚਿਆਂ 'ਚ ਧਿਆਨ ਦਿੱਤਾ ਜਾਂਦਾ ਹੁਣ ਅਸੀਂ ਸ਼ਰਕਾਂ ਦਾ ਖੁਦ ਧਿਆਨ ਨਿਆਣਿਆਂ ਵੱਲ ਧਿਆਨ ਦਈਏ ਕਿ ਉੱਧਰ ਗੱਲਾਂ ਮੰਨ ਲਓ ਹੋਈ ਗਏ ਹੁਣ ਦੋਵੇਂ ਪਾਸੇ ਹੋ ਗਿਆ ਦਾ ਬਹੁਤ ਮੁਸ਼ਕਲ ਕਿ ਇੰਨੀ ਕੁ ਜ਼ਿਆਦਾ ਨਿਆਣਿਆਂ ਦਾ ਇੱਕ ਹਿਸਾਬ ਨਾਲ ਸਾਲ ਬਰਬਾਦ ਹੀ ਹੋਏਗਾ ਅਗਲੇ ਮਹੀਨੇ ਫਾਈਨਲ ਪੇਪਰ ਆ ਸਰਕਾਰ ਨੂੰ ਵੀ ਆ ਚੀਜ਼ ਪਤਾ ਅਗਲੇ ਮਹੀਨੇ ਫਾਈਨਲ ਪੇਪਰ ਆ ਬੰਦਾ ਕਹਿੰਦਾ ਨਿਆਣੇ ਨੂੰ ਕਿ ਨਿਆਣੇ ਨੂੰ ਕਹਿੰਦਾ ਕਿ ਨਿਆਣੇ ਦੀ ਯਾਦਗਾਰੀ ਇੱਕ ਚੀਜ਼ ਬਣੀ ਹੁੰਦੀ ਆ ਹੁਣ ਨਿਆਣੇ ਦੇ ਦਿਮਾਗ ਦਿਲ 'ਚ ਆਹ ਚੀਜ਼ ਛਪ ਗਈ ਆ ਸਾਰੀ ਉਮਰ ਦੀ ਹੋਰ ਵੀ ਬਾਪੂ ਜੀ ਹੁਣ किसान हौसला दई जांदे आ ते बैठे आ हांजी ਹੁਣ ਹੱਲ ਹੋਊਗਾ ਤੇ ਫੇਰ ਹੀ ਆ ਨਾ ਕੋਈ ਨਾ ਕੋਈ ਜਿਹੜਾ ਆਉਂਦਾ ਉਹ ਆਉਂਦਾ ਤੇ ਹੈਗਾ ਵੀ ਮਾੜਾ ਕੀਤਾ ਮਾੜਾ ਕਹਿ ਕੇ ਤੁਰ ਜਾਂਦੇ ਆ ਮੁੜ ਕੇ ਕਰਨ ਤੇ ਤਾਂ ਹੀ ਆ ਨਾ ਕਿਸੇ ਬੰਨੇ ਗੱਲ ਲਾਉਣ ਤੇ ਨਾ ਇੱਥੇ ਕਮਰਾ ਬਣਦਾ ਮੁਸ਼ਕਲ ਅੱਗੇ ਹਾਂ ਮਾਂ ਬਣਾਏ ਨੇ ਨਾ ਕੋਈ ਸਾਡਾ ਨੌਕਰੀ ਵਾਲਾ ਬੰਦਾ ਵੀ ਜਿਹੜਾ ਨੌਕਰੀ ਕਰਦਾ ਹੁਣ ਅਸੀਂ ਤੇ ਰੋਟੀ ਤੋਂ ਤੰਗ ਹੋ ਗਏ ਅੱਗੇ ਹੁੰਦੇ ਕਮਾਈਏ ਕਿ ਇੱਧਰ ਸਾਨੂੰ ਚਿੰਤਾ ਲੱਗੀ ਆ ਚਲੋ ਅੱਗੇ ਤਾਂ ਨੱਠ ਭਜਾਈ ਕਰਦੇ ਹਾਂ ਗਾਈਆਂ ਰੱਖੀਆਂ ਗਾਈਆਂ ਵੀ ਉਹਦੇ ਖੜੀਆਂ ਗਿਰੇ ਉਹ ਭੁੱਖੀਆਂ ਝਾਈਆਂ ਵਿਚਾਰੀਆਂ ਦਾ ਉਹ ਵੀ ਹਾਲ ਮੰਦਾ ਹੋ ਗਿਆ ਨਹੀਂ ਤਾਂ ਅਸੀਂ ਆਪਣੀ ਜਾਨ ਤੋਂ ਪਿਆਰੀਆਂ ਗਾਈਆਂ ਰੱਖੀਆਂ ਹਨ ਅਤੇ ਰੋਟੀ ਟੁੱਕ ਮਾੜਾ ਮੋਟਾ ਚੱਲਦਾ ਸੀ ਫਿਰ ਜਾਣਾ ਆਉਣਾ ਤਾਂ ਵੀ ਚੱਲਦਾ ਹੁਣ ਸਾਡਾ ਸਭ ਕੁਝ ਬੰਦ ਹੋ ਗਿਆ ਜੇ ਕੋਈ ਪ੍ਰਾਹੁਣਾ ਆਉਂਦਾ ਤਾਂ ਅਸੀਂ ਉਹਨੂੰ ਤੰਗੀ ਹੋ ਲਿਆ ਵੀ ਪ੍ਰਾਹੁਣੇ ਨੂੰ ਕਿੱਥੇ ਪਾਵਾਂਗੇ ਹੈਂ ਡਿਊਟੀ ਦਾ ਥਾਂ ਹੋ ਗਿਆ ਹੈਂ ਲੋਕੀ ਵੀ ਫਿਰ ਅਗਲਾ ਹੁਣ ਰਿਸ਼ਤੇਦਾਰਾਂ ਨੇ ਜਾ ਕੇ ਕਹੀਏ ਤਾਂ ਅਗਲੇ ਕਹਿੰਦੇ ਆ ਵੀ ਲੈ ਬਈ ਸਾਰੀ ਉਮਰ ਇਹਨਾਂ ਦੇ ਉੱਦਾਂ ਹੀ ਲੰਘ ਗਈ ਹੁਣ ਮਾਂ ਹੀ ਆਵਾ ਫਿਰ ਝੱਟ ਡਟਵਾਵਾ ਹੋ ਗਿਆ ਮੀਤੀ ਤਾਂ ਸਾਡੇ ਰਿਸ਼ਤੇਦਾਰਾਂ 'ਚ ਵੀ ਹੋ ਗਈ ਉੱਤੋਂ ਆਉਂਦੇ ਰਿਹਾ ਵੀ ਮਾੜੀ ਗੱਲ ਕੀਤੀ ਆ ਪਰ ਉਹ ਵਿੱਚ ਵਿੱਚੋਂ ਤਾਂ ਉਹ ਵੀ ਔਖੇ ਆ ਨਾ ਵੀ ਚੰਗੀਆਂ ਅਸੀਂ ਨਵਾਂ ਵਿਆਹ ਕੇ ਕੁੜੀਆਂ ਘੱਲੀਆਂ ਨੇ ਜਿਹੜੀਆਂ ਹੁਣ ਸਾਡੀਆਂ ਨਵਾਂ ਧੀਆਂ ਭੈਣਾਂ ਇੱਥੇ ਪਈਆਂ ਨੇ ਲਾਗੇ ਹੈਂ ਅੱਗੇ ਅਰਮਾਨ ਨਾਲ ਰਜਾਈ ਜਿਪਸਾਉਂਦੀਆਂ ਹਨ ਬੜਾ ਆਰਾਮ ਨਾਲ ਉੱਠਦੀਆਂ ਰੋਟੀ ਪਕਾਉਂਦੀਆਂ ਚਲੋ ਮਾੜਾ ਮੋਟਾ ਖਵਾਲਦੀਆਂ ਹੁਣ ਉਹ ਕੀ ਕਰਨ ਵਿਚਾਰੀਆਂ ਹਾਲ ਤਾਂ ਮੰਦਾ ਉਹਨਾਂ ਨੇ ਸਰਕਾਰਾਂ ਨੇ ਕਰ ਦਿੱਤਾ ਬਹੁਤ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਵੀ ਪੰਜਾਬੀ ਇੱਥੇ ਪੰਜਾਬ ਦੇ ਰਹਿਣ ਵਾਲੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਕਿਹੜਾ ਬੰਗਲਾਦੇਸ਼ ਤੋਂ ਅੱਗੇ ਪਿੱਛੇ ਜਾਂ ਬੰਗਲਾਦੇਸ਼ ਤੋਂ ਬੰਦੇ ਆਏ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਭਈ ਇਹਨਾਂ ਨੂੰ ਰਿਫਿਊਜੀ ਬਣਾ ਕੇ ਨਾ ਰੱਖਿਆ ਜਾਵੇ ਹਨਾ ਹੁਣ ਤੁਸੀਂ ਤਾਂ ਹੈ ਪੰਜਾਬ ਦੇ ਪੰਜਾਬੀ ਆ ਸਾਨੂੰ ਪੰਜਾਬ ਵਾਲੇ ਵੀ ਤੰਗ ਕਰਨ ਫਿਰ ਅਸੀਂ ਕਿੱਧਰ ਜਾ ਸਕਦੇ ਦੱਸੋ ਨਾ ਅਸੀਂ ਪਾਕਿਸਤਾਨ ਜੋਗੇ ਨਾ ਇੱਥੋਂ ਜੋਗੇ ਰਹੇ ਹਾਲ ਮੰਦਾ ਹੋ ਗਿਆ ਸਾਡਾ ਹੁਣ ਕੀ ਕਰੀਏ ਦਿਲ ਤੇ ਬੜਾ ਰੋਂਦਾ ਵੀ ਕੀ ਵੀ ਕਿਉਂ ਕਰੀਏ ਦੁਖੀ ਹੋ ਗਏ ਅਸੀਂ ਨਾ ਇੱਥੇ ਰਾਤ ਨੂੰ ਢਿੱਲ ਮੱਠ ਹੁੰਦੀ ਆ ਤਾਂ ਭੈਣ ਆ ਕੇ ਚਿੰਤਾ ਨਾਲ ਢਿੱਲ ਮੱਠ ਹੋ ਜਾਂਦੀ ਆ ਵੀ ਕੀ ਕਰੀਏ ਹੁਣ ਬੱਚੇ ਨੇ ਨਿੱਕੇ ਨਿੱਕੇ ਜਿਹੜੇ ਆ ਛੋਟੇ ਬੱਚੇ ਨੇ ਇਹ ਕੀ ਆਖਣਗੇ ਕੱਲ੍ਹ ਨੂੰ ਹੈਂ ਇਹਨਾਂ ਦੀ ਬੜੀ ਤੰਗੀ ਆ ਪੜ੍ਹਾਈਆਂ ਖਰਾਬ ਹੁੰਦੀਆਂ ਵਿੱਚ ਉੱਥੇ ਕੀ ਕਈ ਚੀਜ਼ਾਂ ਜਿਹੜੀਆਂ ਨੱਪੀਆਂ ਗਈਆਂ ਜਿਹੜੀਆਂ ਲੱਭਦੀਆਂ ਨਹੀਂ ਪਤਾ ਨਹੀਂ ਲੱਗਦਾ ਕਿੱਥੇ ਨੱਪੀਆਂ ਗਈਆਂ ਇਹ ਨਹੀਂ ਪਤਾ ਸਰਕਾਰ ਨੂੰ ਹੈਂ
ਕਿਉਂਕਿ ਬਾਪੂ ਜੀ ਨਵੇਂ ਸਾਲ ਤੇ ਪੀ ਵੀ ਚੌਂਕ ਵੀ ਬੰਦ ਕੀਤਾ ਸੀ ਕਿਉਂਕਿ ਅਸਰ ਉਸਰ ਪਿਆ ਸਰਕਾਰ ਅਸਰ ਤੇ ਇਹੋ ਹੀ ਆ ਨਾ ਵੀ ਅਜੇ ਤੇ ਕੋਈ ਨੀ ਮੰਨਦੀ ਅਜੇ ਤੇ ਇਹੋ ਹੀ ਆਉਂਦੇ ਆ ਨਾ ਨੱਟ ਭੱਜ ਕੇ ਦੂਰੋਂ ਨੇੜੇ ਆਉਂਦੇ ਆ ਗਾਂਹ ਹੁਣ ਅਸਰ ਹੁਣ ਤੇ 14 ਤਰੀਕ ਨੂੰ ਕਰਨਗੇ ਫਿਰ ਤੇ ਫਿਰ ਵੇਖੋ ਕੀ ਬਣਦਾ ਵਾ 14 ਤਰੀਕ ਨੂੰ ਕਰਨਾ 16 ਤਰੀਕ ਨੂੰ ਫਿਰ ਬਜਿੰਦਰ ਬੰਦ ਰੱਖਿਆ ਜਾਂ ਕੀ ਬੰਦ ਰੱਖਿਆ ਉਹ ਰੱਖਿਆ ਕਿ ਉਹ ਬਿਧੀਪੁਰ ਉਹ ਫਾਟਕ ਜਿਹੜਾ ਵਾ ਉੱਥੇ ਸੋਣੀ ਵਾਲਾ ਅੱਛਾ ਜੀ ਬਕੋਆ ਫਾਟਕ ਆਹੋ ਬਕੋਆ ਫਾਟਕ ਉਹ ਤੇ ਰੇਲਵੇ ਫਾਟਕ ਤੇ ਰੋਡ ਇਹ ਉੱਥੇ ਬੰਦ ਕਰਨਾ 12 ਤੋਂ 4 ਵਜੇ ਤੱਕ ਬਾਪੂ ਲੱਗਦਾ ਇੱਦਾਂ ਰਾਹ ਵਗੈਰਾ ਬੰਦ ਕਰਨ ਨਾਲ ਕੋਈ ਫਰਕ ਫੁਰਕ ਪਊਗਾ ਸਰਕਾਰ ਨੂੰ ਚਲੋ ਤੇ ਪੈਂਦਾ ਹੀ ਆ ਫਰਕ ਤੇ ਉਹਨਾਂ ਨੂੰ ਪੈਂਦਾ ਹੀ ਆ ਦੁਨੀਆ ਫਿਰ ਵਿੱਚੋਂ ਗਾਲਾਂ ਕੱਢਦੀ ਆ ਵੀ ਜੇ ਨੁਕਸਾਨ ਨਾ ਕੀਤਾ ਤੇ ਦੁਨੀਆ ਤੇ ਤੰਗ ਹੁੰਦੀ ਆ ਨਾ ਸਾਰੇ ਜਿਹਨੂੰ ਡੱਕਿਆ ਜਾਵੇ ਕਿ ਇਹਦਾ ਕੋਈ ਜਾਂਦਾ ਦੂਰ ਨੇੜੇ ਜਾਣ ਵਾਲਾ ਉਹ ਵਿੱਚੋਂ ਬਹੁਤ ਤੰਗ ਹੁੰਦੇ ਆ ਉਹ ਵੀ ਗਾਲਾਂ ਕੱਢਦੇ ਆ ਫਿਰ ਵੀ ਸਰਕਾਰਾਂ ਦਾ ਕਸੂਰ ਆ ਹਾਂ ਤੇ ਅਸੀਂ ਆਉਂਦੇ ਹਾਂ ਵੀ ਚਲੋ ਕਿਸੇ ਤਰ੍ਹਾਂ ਮਹਾਰਾਜ ਤੇ ਚਲੋ ਅਸੀਂ ਤੇ ਫਿਰ ਵੀ ਪਰਮਾਤਮਾ ਦੇ ਡੋਰੀ ਸੁੱਟਨੇ ਹਾਂ ਪਰ ਇਹਨਾਂ ਨੇ ਬਹੁਤ ਮਾੜਾ ਅਸੀਂ ਤੇ ਭਗਵੰਤ ਮਾਨ ਨੂੰ ਨਾ ਇੰਨਾ ਕੀਤਾ ਹੈ ਵੀ ਚਲੋ ਇਹ ਕੁਛ ਨਾ ਕੁਛ ਸਵਾਰੇਗਾ ਹੁਣ ਤਾਂ ਭੱਠਾ ਹੀ ਬਾਲ ਕੇ ਰੱਖ ਦਿੱਤਾ ਬਿੱਲ ਲਗਣਾ ਉਹੋ ਹੀ ਗੱਲ ਹੋਈ ਵੀ ਝਾੜੂ ਮਾਰ ਕੇ ਉਹਨੇ ਰੱਖ ਦਿੱਤਾ ਵੀ ਲਓ ਵੀ ਤੁਸੀਂ ਨਾ ਉੱਠਣ ਜੋਗੇ ਰਹੋ ਹੈਂ ਉਹਨੂੰ ਆਪ ਨੂੰ ਨਹੀਂ ਪਰ ਆਪ ਤਾਂ ਉਹ ਨਾਟਕਾਂ 'ਚ ਰਹਿੰਦਾ ਨਾਟਕਾਂ 'ਚ ਮੁੱਖ ਮੰਤਰੀ ਬਣ ਗਿਆ ਹੈਂ ਉਹਨੂੰ ਇਹ ਸ਼ਰਮ ਹੋਣੀ ਚਾਹੀਦੀ ਸੀ ਵੀ ਮੈਂ ਕਿਹੜੇ ਕੰਮ 'ਚ ਪਿਆ ਹਾਂ ਅਤੇ ਕਿਹੜਾ ਕੰਮ ਕਰਨ ਲੱਗਾ ਵਾਂ ਉਹਦੇ ਹੁੰਦਿਆਂ ਵੇਖੋ ਕਿੰਨੇ ਬੰਦੇ ਮਰਿਆ ਆਹ ਨਕੋਦਰ ਵਾਲਾ ਖਿਡਾਰੀ ਉਹ ਮਾਰ ਦਿੱਤਾ ਗਾਉਣ ਵਾਲਾ ਮਾਰ ਦਿੱਤਾ ਦੀਪਕ ਉਹ ਮਾਰ ਦਿੱਤਾ 3-4 ਬੰਦੇ ਇਹਨਾਂ ਨੇ ਜਿਹੜੇ ਗੱਲ ਕਰਦੇ ਉਹਨਾਂ ਨੂੰ ਚੁੱਕ ਦਿੰਦੇ ਹੈਂ ਜੇ ਮਾੜਾ ਸੁੱਤਾ ਘਰ ਜਾ ਕੇ ਟੋੜਨਾ ਸੁੱਤਾ ਵਾ ਜੇ ਚੰਗਾ ਨਾ ਤਾਂ ਉਹਦੀ ਪਹਿਲੀ ਜਨਾਨੀ ਕਾਹਨੂੰ ਛੱਡ ਕੇ ਦੌੜਦੀ ਹੈਂ ਹੁਣ ਇਹਨੇ ਵਿਆਹ ਕਰਾ ਕੇ ਤਾਂ ਟੋੜਨਾ ਉਹਨੂੰ ਲੈ ਕੇ ਤਾਂ ਇੱਥੇ ਘਰ ਸੌਂ ਰਹਿੰਦਾ ਟੋੜਨਾ ਉਹਨੂੰ ਨਹੀਂ ਪਤਾ ਵੀ ਜਨਤਾ ਮੈਂ ਕਿੰਨੀ ਤੰਗ ਕੀਤੀ ਆ ਹੈਂ ਇਹੋ ਜਿਹੇ ਬੰਦੇ ਦਾ ਤਾਂ ਜੁੱਤੀਆਂ ਖਾਣੀਆਂ ਵਾ ਮਾਰਨੀਆਂ ਚਾਹੀਦੀਆਂ ਨੇ ਮੈਨੂੰ ਵੋਟਾਂ ਪਾਈਆਂ ਚੰਗਾ ਉਹ ਵੀ ਨੀ ਵੜਿਆ ਨੀ ਉਹ ਵੀ ਆਂਦਾ ਬਈ ਚੰਗਾ ਹੋਇਆ ਢਾਹਤਾ ਇਹਨਾਂ ਦੇ ਆਪਣੇ ਵਿੱਚ ਪਲਾਟ ਕੀਤੇ ਹੁੰਦੇ ਨੇ ਇਹਨਾਂ ਨੇ ਲੈਣੇ ਖਾਣ ਤੇ ਟੱਕ ਡਾਇਆ ਪ੍ਰਗਟ ਕੋ ਕੀ ਇਹ ਜੂਆ ਹਨ ਪਹਿਲਾਂ ਪ੍ਰਗਟ ਦੇ ਆਪ ਇਹਦਾ ਪਿਓ ਸ਼ਰਾਬ ਵੇਚਦਾ ਸੀ ਤੇ ਇੱਕ ਮਹੀ ਲਿਆਉਣੀ ਤੇ ਵੇਚ ਕੇ ਇਹਨਾਂ ਗੁਜ਼ਾਰਾ ਕਰਦੇ ਅਸੀਂ ਜਾਣਦੇ ਹਾਂ ਦੇਵੀ ਲਾਲ ਇਹਨੂੰ ਕਹਿੰਦੇ ਹੁੰਦੇ ਹਨ ਉਹਦਾ ਪਿਓ ਦੇ ਨਾਂ ਆ ਜਾਵੇ ਦੇਵੀ ਲਾਲ ਆ ਹੈਂ ਖੇਡਾਂ 'ਚ ਆ ਕੇ ਖੇਡਾਂ 'ਚੋਂ ਇਹਨੂੰ ਚਲੋ ਵੋਟਾਂ ਪਾ ਦੀਆਂ ਅਸੀਂ ਵੀ ਉਹਨੂੰ ਵੋਟਾਂ ਪਾਈਆਂ ਵੇ ਸਾਡਾ ਸਿੱਖ ਭਰਾ ਵਾ ਚਲੋ ਸਾਡੇ ਨਾਲ ਮਦਦ ਕਰੂਗਾ ਇਹਨੂੰ ਮਦਦ ਦੀ ਬਜਾਏ ਸਾਨੂੰ ਹੀ ਇਹਦੇ ਜਾੜ ਕੇ ਰੱਖ ਦਿੱਤਾ ਇੱਕ ਦਿਨ ਬੰਦੇ ਆਏ ਤਾਂ ਸ਼ਰਾਬ ਨਾਲ ਰੱਜੇ ਹਨ ਅਤੇ ਇੱਥੇ ਗੱਲਾਂ ਗੁੱਲਾਂ ਕਰਕੇ ਤੁਰ ਗਏ ਉਹਨਾਂ ਨੇ ਗੱਲ ਹੀ ਕੋਈ ਨਹੀਂ ਕੀਤੀ ਤੁਸੀਂ ਸਦਾਈਓ ਜੇ ਆਉਣਾ ਤਾਂ ਤੁਸੀਂ ਸ਼ਰਾਬ ਜ਼ਰੂਰ ਪੀ ਕੇ ਆਇਓ ਤੁਸੀਂ ਹਿਸਾਬ ਨਾਲ ਆ ਜਾਓ ਹੈਂ ਨਿਮਕੇ ਛਿਣਕਣ ਆ ਗਏ ਉੱਤੇ ਸਾਡੇ ਤਾਂ ਜ਼ਖਮ ਤਾਂ ਉੱਤੇ ਨਿਮਕੇ ਛਿਣਕਣ ਵਾਲੀ ਗੱਲ ਸੀ ਹੈਂ ਅੱਛਾ ਬਾਪੂ ਜੀ ਖਾਲਸਾ ਏਡ ਵਾਲਿਆਂ ਨੂੰ ਵਧੀਆ ਪ੍ਰਬੰਧ ਕੀਤੇ ਗਏ ਖਾਣ ਪੀਣ ਵਧੀਆ ਹੈਗਾ ਨਹੀਂ ਖਾਣ ਪੀਣ ਤਾਂ ਚਲੋ ਸਾਨੂੰ ਉਹਨਾਂ ਨੇ ਬਹੁਤ ਵਧੀਆ ਕੀਤਾ ਐਵੇਂ ਆਖੇ ਚੱਲਦਾ ਹੀ ਆ ਪ੍ਰੋਗਰਾਮ ਅਤੇ ਚਲੋ ਅਸੀਂ ਕਾਹਨੂੰ ਕਹੀਏ ਤੇ ਜ਼ਿਮੀਦਾਰ ਵੀ ਕਿਸਾਨ ਜਿਹੜੇ ਮੋਰਚਾ ਲਾ ਕੇ ਉਹ ਵੀ ਚੰਗੀਆਂ ਗੱਲਾਂ ਕਰਕੇ ਤੁਰ ਜਾਂਦੇ ਆ ਪਰ ਗੱਲ ਤਾਂ ਨਾ ਰਾਤ ਦਿਨ ਉਹ ਵੀ ਇੱਥੇ ਬੈਠੇ ਆ ਹੁਣ ਠੰਡ 'ਚ ਬੈਠੇ ਆ ਘਰ ਛੱਡ ਕੇ ਕੰਮ ਕਾਰ ਛੱਡ ਕੇ ਬੈਠੇ ਆ ਹੈਂ ਹੁਣ ਕੀ ਕਰ ਸਕਦੇ ਉਹਨਾਂ ਨੂੰ ਉਹ ਕਹਿੰਦੇ ਵੀ ਚਲੋ ਵੀ ਤੁਹਾਡੇ ਨਾਲ ਅਸੀਂ ਮਦਰਦੀ ਤਾਂ ਕਰਦੇ ਹੀ ਆ ਨਾ ਹੈਂ ਹੁਣ ਜੇ ਅਸੀਂ ਪਿਛਾਂ ਹਟੀਏ ਤਾਂ ਵੀ ਮਰਦੇ ਹਾਂ ਜੇ ਨਹੀਂ ਹਟਦੇ ਤਾਂ ਵੀ ਮਰੇ ਹੀ ਹਾਂ ਅਤੇ ਜੀਂਦਿਆਂ 'ਚ ਥੋੜ੍ਹੇ ਹਾਂ ਹੈਂ ਕੱਲ੍ਹ ਨੂੰ ਲੋਕਾਂ ਨੇ ਧੀਆਂ ਪੁੱਤ ਵਿਆਹੁਣੇ ਆ ਇੱਥੇ ਮੁੰਡੇ ਵਿਆਹੁਣ ਆਏ ਨੇ ਕੁੜੀਆਂ ਵਿਆਹੁਣ ਵਾਲੀਆਂ ਉਹ ਕੀ ਆਖਣਗੇ ਵੀ ਅਸੀਂ ਕਿੱਥੇ ਕੁੜੀ ਮੁੰਡਾ ਵਿਆਹੀਏ ਉਸੇ ਰੇਟੇ ਸੁਭਾਅ ਪਈ ਆ ਬਿਲਕੁਲ ਰਿਸ਼ਤੇਦਾਰੀ ਦੇ ਵਿੱਚ ਸਾਡੀ ਬਦਨਾਮੀ ਪਤਾ ਕਿੰਨੀ ਹੋ ਗਈ ਬੇਸ਼ਾ ਵੀ ਬਿਲਕੁਲ ਕੀ ਕਰ ਸੁਣਨਗੇ ਕੋਈ ਗੱਲ ਨਹੀਂ ਬੇ ਹਿੰਮਤ ਰੱਖਣੀ ਚਾਹੀਦੀ ਹੈ ਨਾ ਬਾਪੂ ਜੀ ਕਿਤੇ ਰੱਖੀ ਆ ਜੀ ਤਾਂ ਬਤੇਰੀ ਰੱਖੀ ਆ ਹੁਣ ਕੀ ਕਰ ਸਕਨੇ ਆ ਜੀ ਅਸੀਂ ਤਾਂ ਫਿਰ ਵੀ ਪਰਮਾਤਮਾ ਦੇ ਡੋਰੀ ਛੁੱਟੀ ਆ ਵਖੜੇ ਉਹਨੇ ਚੰਗਾ ਹੀ ਨਹੀਂ ਕਰਨਾ ਸਾਡੇ ਵਾਸਤੇ ਜੀ ਜੀ ਅਸੀਂ ਕਾਹਨੂੰ ਕਹੀਏ ਮਹਾਰਾਜ ਦੇ ਉੱਤੇ ਡੋਰੀ ਛੁੱਟੀ ਆ ਵੀ ਜੋ ਕਰੂਗਾ ਵੇਖੀ ਜਾਊਗਾ ਪਰ ਇਹ ਸਰਕਾਰਾਂ ਬਹੁਤ ਗੰਦੀਆਂ ਨੇ ਬਹੁਤ ਇਹਨਾਂ ਨੇ ਕੋਈ ਉਹਨੂੰ ਕਹਿ ਦੇਣਾ ਪਿੱਛੇ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਮਹਾਰਾਜਾ ਰਣਜੀਤ ਤੁਸੀਂ ਪੈਰਾਂ ਵਰਗੇ ਵੀ ਨਹੀਂ ਗੇ ਜਿਹਦਾ ਨਾਂ ਲੈਂਦੇ ਹੋ ਹੈਂ
ਉਹਦੇ ਪੈਰ ਵਰਗੇ ਵੀ ਨਹੀਂ। ਉਹਨੇ ਹਰ ਇੱਕ ਜਾਤ ਨੂੰ ਚੰਗਾ ਸਮਝਿਆ ਸੀ, ਉਹਨੇ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਆਂਦਾ ਮੇਰੇ ਹੁੰਦਾ ਕਿਸੇ ਦਾ ਚੁੱਲ੍ਹਾ ਨਹੀਂ ਬੁੱਝਣਾ ਚਾਹੀਦਾ, ਇਹ ਆਂਦਾ ਚੁੱਲ੍ਹਾ ਤੇ ਬੁੱਝ ਜੂਗਾ ਤੁਹਾਨੂੰ ਜੀਂਦਿਆਂ ਨਹੀਂ ਛੱਡਾਂਗੇ, ਹੈਂ ਤੁਹਾਡੇ ਬੁਝਾ ਕੇ ਛੱਡਾਂਗੇ। ਇਹਨੇ ਕੋਈ ਚੰਗਾ ਕੰਮ ਥੋੜਾ ਕੀਤਾ, ਅਸੀਂ ਇਹਨੂੰ ਕੀ ਕਹਿ ਸਕਦੇ ਹਾਂ। ਬਿਲਕੁਲ ਕਮ ਸੇ ਕਮ ਇਹਨੂੰ ਆਪ ਨੂੰ ਸ਼ਰਮ ਹੋਣੀ ਚਾਹੀਦੀ ਹੈ, ਲੈ ਬਈ ਮਰੇ ਬਈ ਸ਼ਰਮ ਚ ਵੀ ਮੈਂ ਅੱਜ ਕੰਮ ਸੋ ਕੰਮ ਇੱਕ ਆਉਂਦਾ ਤੇ ਸਹੀ ਜੀ, ਆਇਆ ਹੀ ਨਹੀਂਗਾ ਜੀ। ਬਿਲਕੁਲ ਭਗਵੰਤ ਮਾਨ ਨੇ ਤਾਂ ਨਹੀਂ ਆਉਣਾ, ਤੁਸੀਂ ਦੱਸਦੇ ਪਏ ਉਹਨਾਂ ਦਾ ਕੋਈ MLA ਤੱਕ ਵੀ ਨਹੀਂ ਆਇਆ, ਇਹ ਮਾੜੀ ਗੱਲ ਆ। ਕੋਈ ਜੀ ਨਹੀਂ ਬੜਿਆ, ਬਹੁਤ ਮਾੜੀ ਗੱਲ ਆ, ਕੋਈ ਨਹੀਂ ਬੜਿਆ। ਮੈਂ ਆਖੀ ਹੋਰ ਵੀ ਆਪਾਂ ਦਿਖਾ ਦੇਣੇ ਚੱਲ ਬਈ, ਹੋਰ ਵੀ ਇੱਧਰ ਸਾਰੇ ਲਾ ਦੇ। ਠੀਕ ਹੈ ਬਾਪੂ ਜੀ, ਅੰਦਰ ਆ ਦੇਖ ਲਓ, ਆਹ ਦੇਖ ਲਓ ਜੀ, ਆਹ ਸਾਰੇ ਜਿਹੜੇ ਘਰ ਆ ਆਹ ਸਾਰੇ ਘਰ ਸੀਗੇ, 80-85 ਘਰ ਸੀਗੇ ਇੱਥੋਂ ਲੈ ਕੇ ਉੱਥੇ ਤੱਕ, ਹੈ ਨਾ। ਇਹਨਾਂ ਦਾ ਵਿਚਾਰਿਆਂ ਦਾ ਕੀ ਬਣਾ ਕੇ ਰੱਖ ਦਿੱਤਾ ਯਾਰ, ਬੜਾ ਹੀ ਗਲਤ ਆ, ਧੱਕਾ ਹੀ ਆ ਯਾਰ। ਵੈਸੇ ਇਹ ਜਿੱਦਾਂ ਸਿਸਟਮ ਹੁਣ ਜਿੱਦਾਂ ਉਹਨਾਂ ਨੂੰ ਕਹਿੰਦੇ, ਸਰਕਾਰ ਕਹਿੰਦੀ ਵੀ ਤੁਹਾਨੂੰ ਉੱਧਰ ਪਰੇ ਜਾ ਕੇ ਕਿਤੇ ਘਰ ਬਣਾ ਦਿੰਦੇ ਹਾਂ, ਉੱਥੇ ਉਹ ਕਹਿੰਦੇ ਵੀ ਅਸੀਂ ਘਰ ਵੀ ਇੱਥੇ ਹੀ ਬਣਾਉਣੇ ਆ, ਚਾਹੀਦੇ ਵੀ ਵੈਸੇ ਇੱਥੇ ਹੀ ਬਣਾ ਕੇ ਦੇਣੇ ਆ, ਹੈ ਨਾ ਉਹਨਾਂ ਨੂੰ ਘਰ, ਜਾਂ ਫਿਰ ਇੱਥੇ ਦੇ ਹਿਸਾਬ ਨਾਲ ਜੋ ਰੇਟ ਆ। ਹੁਣ ਪਿੱਛੇ ਸੁਖਦੀਪ ਕੁੰਡ ਅੱਗੇ ਕਿਹਾ ਸੀ, ਉਹ ਕਿਰਾਏਦਾਰ ਹੀ ਬਹੁਤ ਖੁਸ਼ ਹੋਏ ਸੀਗੇ, ਕਿਰਾਏਦਾਰ ਕਹਿੰਦੇ ਵੀ ਭਾਈ ਜਿਹੜੇ 40 ਸਾਲ ਤੋਂ ਰਹਿੰਦੇ ਆ ਵੀ ਮਕਾਨ ਉਹਨਾਂ ਦਾ ਹੋ ਜਾਂਦਾ, ਇੱਦਾਂ ਹੋਇਆ ਹੋਇਆ ਸੀ ਪਿੱਛੇ ਜਿਹਾ ਮੈਂ ਪੜ੍ਹਿਆ ਸੀ ਇੱਕ ਵਾਰੀ, ਬਾਕੀ ਮੈਨੂੰ ਪੂਰਾ ਕਨਫਰਮ ਨਹੀਂ ਪਤਾ। ਆਹ ਦੇਖ ਲਓ ਸਾਰੇ ਤੰਬੂਆਂ ਦੇ ਵਿੱਚ ਲੋਕ ਰਹਿਣ ਨੂੰ ਮਜਬੂਰ ਹੋਇਓ ਵਾ। ਇੱਧਰ ਹੈ ਨੀ ਹਲੇ ਕੋਈ ਵੀ ਹੈਗਾ, ਜਾਂ ਲੰਗਰ ਛਕਣ ਗਏ ਉਹ ਹੋਣੇ, ਹਨਾ ਬੀਬੀਆਂ ਲੰਗਰ ਛਕ ਰਹੀਆਂ ਨੇ, ਤੇ ਆਹ ਬੀਬੀਆਂ ਦੇਖ ਲਓ ਜੀ ਲੰਗਰ ਛਕਦੀਆਂ। ਖਾਂਦੇ ਹਨਾ, ਅੱਧੇ ਦੀ ਠੰਡ ਆ ਉੱਧਰ, ਹੋਰ ਵੀ ਖਾਸ ਸਾਈਡ ਲੋ ਬਾਈ 24 ਘੰਟੇ ਇਹਨਾਂ ਵਾਸਤੇ ਲੰਗਰ ਦੀ, ਹਨਾ ਖਾਸ ਸਾਈਡ ਨੇ ਬਹੁਤ ਸੋਹਣਾ ਕੰਮ ਕੀਤਾ, ਕਰਨਾ ਵੀ ਪੈਣਾ ਸੀ ਹੋਰ, ਕਿਉਂਕਿ ਇੱਕੋ ਹੀ ਤਾਂ ਆਪਣੀ ਜਥੇਬੰਦੀ ਆ ਜਿਹੜੀ ਹਰੇਕ ਥਾਂ ਪਹੁੰਚਦੀ ਆ, ਜੇ ਇੱਥੇ ਨਾ ਪਹੁੰਚਦੀ ਫਿਰ ਵੀ ਗਲਤ ਸੀਗਾ, ਹਨਾ ਪਰ ਫਿਰ ਵੀ 3 ਦਿਨ ਲੇਟ ਪਹੁੰਚੇ ਆ ਜੇ ਦੇਖਿਆ ਜਾਵੇ ਤਾਂ। ਪਰ ਬਾਈ ਨੁਮਾਇੰਦਿਆਂ ਨੂੰ ਵੀ ਚਾਹੀਦਾ ਹਨਾ, ਜਿੱਦਾਂ ਹੁਣ ਲੋਕਾਂ ਲਈ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਹੁੰਦੇ ਹਨਾ, ਉਹਨਾਂ ਨੂੰ ਵੀ ਚਾਹੀਦਾ ਵੀ ਭਾਈ ਜਾ ਕੇ, ਹਨਾ। ਠੀਕ ਆ ਜੀ ਬਾਈ ਜੀ, ਆਹ ਦੇਖ ਲਓ ਜੀ ਇਹ ਸਾਰੇ ਘਰ ਤੁਹਾਨੂੰ ਦਿਖਾਏ ਆ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਓ ਸਭ ਤੱਕ ਇਹ ਚੀਜ਼ ਪੁੱਜ ਸਕੇ। ਆਹ ਦੇਖੋ ਆਹ ਤਸਵੀਰਾਂ ਕਹਿੰਦੇ ਮਲਵੇ 'ਚੋਂ ਕੱਢੀਆਂ ਦੇਖ ਲਓ, ਹੈ ਨਾ ਦਰਬਾਰ ਸਾਹਿਬ ਦੀ ਤਸਵੀਰ ਆ। ਠੀਕ ਆ ਜੀ, ਸ਼ੇਅਰ ਜ਼ਰੂਰ ਕਰਿਓ ਜੀ ਇਹਨਾਂ ਲੋਕਾਂ ਦਾ ਦਰਦ।